देश दुनिया च बसते पंजाबियों नूं जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने तुसीं तस्वीर देख ली होगी पंजाबी दे वड्डे कद्दवार आगू डॉक्टर मनोहर सिंह गिल। इन्हां दी हस्ती नूं जेकर आंकना होवे ते शब्दां दे विच तशबीहां इन्नियां आ जांदियां ने, किहड़े किहड़े एंगल तों परखांगे, चलो छड्ड दिंदे आ। सरदार साहब जी आया जी, आया जी, मेहरबानी, सति श्री अकाल। सति श्री अकाल दोस्तों। मेरी डॉक्टर मनोहर सिंह गल नाल ऑफ द रिकॉर्ड बहुत वारी गल हुंदी है। असी थोड़ी देर पहला गल करदे सीगे और मैनू एक लफ्ज़ वरतदे आ अट्टी खणमट्टी लैके पै जाणा, ते उह एक वड्डे लीडर दे संदर्भ च वरतिया सीगा, लेकिन भाषा की पाकीजगी ते भाषा की अमीरी ते साडे अतीत तों साडे वर्तमान तक आउंदिया शब्दां दा रुस के घरे बह जाणा, कई सवाल ने। अज शिव कुमार बटालवी की बरसी है, सरदार साहब का शिव कुमार नाल नेड़े दा वाह रहा उहदी जवानी तो उहदे मरन तक। लेकिन सरदार साहब मैं गल तोरनी चाहुंदा, चलो एक बहाना है कि अज बरसी है शिव कुमार दी जिन्ने पंजाबी नूं अमीर कीता शब्द भाषा ते काव्यक रंग तों, लेकिन लेकिन असीं अपने बच्चियां नूं की दे रहे हैं अजकल जिहड़ा लिटरेचर रच रहे हैं, साडे लिखण वाले पढ़दे किन्ना कै, इह दुनिया दे लिटरेचर दे हाण दा है कि नहीं। जे किसे कौम दा कहिंदे आ कि शब्द नाल सांझ ना होवे ते उहदा इतिहास ते उहदा भविख बहुता वधिया नहीं हुंदा। पंजाबी तां जन्मे ही इहदे चों आ, किताब चों ने, खास तौर ते सिखां दा जन्म शब्द चों हुंदा है। सरदार साहब दुबारा एक वारी तुहानूं देर बाद आउण ते वेलकम करदे आ इन सारे सवालां दे रूबरू। हां जी देखो जिहड़ा इह पंजाबी दी गल है उह सब तों पहलों करनी चाहीदी। ਅਸੀਂ ਸ਼ਬਦ ਜਿਹੜਾ ਸਾਡਾ, ਸਾਡੀ ਤੇ ਜ਼ਬਾਨ ਹੀ ਗੁਰਮੁਖੀ ਹੈ ਜੀ, ਗੁਰੂਆਂ ਨੇ ਬਣਾਈ ਸੀ। ਔਰ ਇਹ ਸਾਇੰਟਿਫਿਕਲੀ ਸਾਰੀ ਦੁਨੀਆ ਜਾਣਦੀ ਹੈ ਕਿ 35 ਜਿਹੜੀ ਹੈ ਸਿੰਪਲੈਸਟ ਲੈਂਗੁਏਜ ਹੈ ਆਊਟ ਆਫ ਆਲ। ਹਿੰਦੀ ਮੈਂ ਜਾਣਦਾ ਹੈ, ਉਹਦੇ ਚ ਅੱਧੇ ਅੱਧੇ ਹਾਫ ਲਫ਼ਜ਼ ਵੀ ਵਰਤੀ ਜਾਏ ਜੀ, ਕਈ ਕੁਛ ਸਿਹਾਰੀਆਂ ਬਿਹਾਰੀਆਂ, ਪੰਜਾਬੀ ਚ ਕੁਛ ਨੀ ਹੈਗਾ। ਤੇ ਇਹ ਤੇ ਗੱਲ ਹੈ ਜਿਹੜੀਆਂ ਕੌਮਾਂ, ਦੇਖੋ ਜੇ ਮਾਂ ਬੋਲੀ ਨੂੰ ਭੁੱਲ ਜਾਓਗੇ ਤੇ ਕੱਖਾਂ ਵਾਂਗੂ ਰੋਲ ਜਾਓਗੇ, ਇਹ ਵੀ ਮੈਂ ਸੁਣਿਆ ਹੋਇਆ। ਮੈਂ ਇਸ ਗੱਲ ਦੇ ਉੱਤੇ ਮੇਰਾ ਬੜਾ ਇਮੋਸ਼ਨਲ ਆਪਣਾ ਖਿਆਲ ਹੈ, ਕਿਉਂਕਿ ਮੈਂ ਤੇ ਜੇ ਸ਼ਿਵ ਬਟਾਲਵੀ ਅੱਜ ਜ਼ਿੰਦਾ ਹੁੰਦਾ ਤੇ ਉਹਦੀ ਉਮਰ ਤਕਰੀਬਨ ਮੇਰੇ ਨਾਲ ਹੀ ਸੀ, ਸਾਲ ਅੱਗੇ ਹੋ ਸਕਦਾ ਜਾਂ ਬਰਾਬਰ ਹੋ ਸਕਦਾ ਜਾਂ ਪਿੱਛੇ ਹੋ ਸਕਦਾ। ਤੇ ਮੈਂ ਪਿੰਡ ਚੋਂ ਜੰਮਿਆ, ਮੈਂ ਪਿੰਡ ਦੀ ਬੋਲੀ, ਹਾਲਾਂਕਿ ਮੈਂ ਜ਼ਿਆਦਾ ਉਮਰ ਬਾਹਰ ਹੀ ਰਿਹਾ ਅੰਗਰੇਜ਼ੀ ਸਕੂਲਾਂ ਚ, ਫਿਰ IAS, ਫਿਰ ਵਰਲਡ ਬੈਂਕ, ਇੱਧਰ ਉੱਧਰ ਬਥੇਰਾ ਗਿਆ। ਮੈਂ ਆਪਣੇ ਆਪ ਨੂੰ ਅੰਗਰੇਜ਼ ਸਮਝਦਾ ਹਾਂ, ਬਟ ਮੈਂ ਜਿਹੜੀ ਪਿੰਡ ਦੀ ਦੀਨਪੁਰ ਦੀ ਪੰਜਾਬੀ ਹੈ ਉਹ ਨਹੀਂ ਛੱਡ ਸਕਦਾ। ਔਰ ਉਹਦੇ ਤੋਂ ਮੈਨੂੰ ਬਹੁਤ ਫਿਕਰ ਹੁੰਦਾ, ਜਿਹੜੀ ਸ਼ਿਵ ਬਟਾਲਵੀ ਬੋਲੀ ਬੋਲਦਾ ਹੈ। ਪੰਜਾਬ ਚ ਦੋ ਬੋਲੀਆਂ ਨੇ, ਇੱਕ ਸ਼ਿਵ ਬਟਾਲਵੀ ਬੋਲਦਾ, ਇੱਕ ਮੈਂ ਬੋਲਦਾ ਉਹਦੇ ਨਾਲ। ਮੈਂ ਉਹਦੇ ਬਰਾਬਰ ਦਾ ਕੋਈ ਸ਼ਬਦ ਤਾਂ ਹੈ ਨਹੀਂ, ਪਰ ਬੋਲੀ ਮੈਂ ਬੋਲਦਾ, ਮੈਂ ਵੀ ਪਿੰਡੋਂ ਆਇਆ। ਔਰ ਉਹ ਆਦਮੀ ਪੰਜਾਬ ਦੀ ਮਿੱਟੀ ਚੋਂ ਪੁੱਟ ਕੇ ਸ਼ਬਦ ਵਰਤਦਾ ਹੈ। ਕੰਡਿਆਲੀ ਠੌਰ ਕਿੰਨਿਆਂ ਨੂੰ ਪਤਾ, ਅੱਜ ਮੈਨੂੰ ਕੋਈ ਦੱਸ ਦੇਵੇ, ਸ਼ਿਕਰਾ ਵੀ ਕਿੰਨਿਆਂ ਨੂੰ ਪਤਾ ਹੋਏਗਾ, ਨਾ ਉਹ ਪਿੰਡ ਗਏ ਤੇ ਨਾ ਉਹ ਸ਼ਿਕਰਾ ਵੇਖਿਆ। ਸੋ ਉਹਦੀ ਬੋਲੀ ਜਿਹੜੀ ਉਹ ਬਿਲਕੁਲ ਪੁੱਟੀ ਹੋਈ ਹੈ। ਇਸੇ ਕਰਕੇ ਮੈਂ ਇਹ ਵੀ ਬਿਲਕੁਲ ਕਲੀਅਰਲੀ ਮੰਨਦਾ ਹੈ ਔਰ ਮੈਂ ਕਹਿੰਦਾ ਰਹੂੰਗਾ ਕਿ ਮੇਰੀ ਅਕਲ ਵਿੱਚ ਸ਼ਿਵ ਬਟਾਲਵੀ 20ਵੀਂ ਸਦੀ ਜਿਹੜੀ ਖਤਮ ਹੋ ਚੁੱਕੀ ਹੈ, ਹੁਣ ਆਪਾਂ 21ਵੀਂ ਚ ਹੈ, 20ਵੀਂ ਸਦੀ ਦਾ ਪੰਜਾਬੀ ਦਾ ਸਭ ਤੋਂ ਵੱਡਾ ਸ਼ਾਇਰ ਹੈ। ਅਸੀਂ 10-20 ਸਾਲ ਨੂੰ ਸਾਰੇ ਗਾਇਬ ਹੋ ਜਾਵਾਂਗੇ, ਵੱਡੇ ਵੀ ਤੇ ਛੋਟੇ ਵੀ, ਚੀਫ ਮਿਨਿਸਟਰ ਵੀ ਤੇ ਸਾਡੇ ਵਰਗੇ ਵੀ, ਲੇਕਿਨ 100 ਸਾਲ ਨੂੰ ਹੀ ਸ਼ਿਵ ਬਟਾਲਵੀ ਨੂੰ ਲੋਕੀ ਲੱਭਦੇ ਰਹਿਣਗੇ, ਉਹਦੀਆਂ ਕਵਿਤਾ ਪੜ੍ਹਦੇ ਰਹਿਣਗੇ। ਹਾਂਜੀ, ਅਸਾਂ ਤੇ ਜੋਬਨ ਰੁੱਤੇ ਮਰਦਾ ਵਗੈਰਾ ਵਗੈਰਾ, ਤੇ ਉਹ ਉਹ ਉਹਦੀਆਂ ਪੜ੍ਹਦੇ ਰਹਿਣਗੇ। ਇਸ ਕਰਕੇ ਮੈਂ ਇਹ ਵੀ ਮੰਨਦਾ ਕਿ ਪੰਜਾਬੀ, ਦੇਖੋ ਪੰਜਾਬੀ ਦੀ ਕੋਈ ਬਾਉਂਡਰੀ ਹੈ ਨੀ, ਇੰਡੀਆ ਪਾਕਿਸਤਾਨ ਦੀ ਹੈਗੀ ਲੇਕਿਨ ਪੰਜਾਬੀ ਦੀ ਤੇ ਕੋਈ ਹੈ ਨੀ। ਉਹਦੇ ਤਕਦੀਰ ਨੇ ਸਾਨੂੰ ਤਲਵਾਰ ਨਾਲ ਵੰਡ ਦਿੱਤਾ, ਜਿੱਥੇ ਮਰਜ਼ੀ ਲੀਕ ਮਾਰਤੀ ਚਲੋ, ਹੋ ਗਿਆ 70 ਸਾਲ ਹੋ ਗਏ ਨੇ। ਔਰ ਉਹਦੇ ਵਿੱਚ ਮੈਂ ਉੱਧਰ ਵੀ ਜਾਂਦਾ ਰਹਿੰਦਾ ਪਾਕਿਸਤਾਨ, ਹੁਣ ਸਾਲ ਡੇਢ ਸਾਲ ਤੋਂ ਨਹੀਂ ਜਾ ਸਕਿਆ, ਹਾਲਾਤ ਐਸੇ ਨੇ ਤੁਸੀਂ ਵੇਖਦੇ ਜੇ, ਲੇਕਿਨ ਉੱਥੇ ਵੀ ਦੋ ਪੰਜਾਬ ਨੇ ਜੀ, ਇੱਕ ਪੰਜਾਬ ਤੇ ਪਿੰਡਾਂ ਦਾ ਸਾਰਾ ਪੰਜਾਬ, ਉਹ ਮੇਰੇ ਨਾਲ ਗੱਲ ਕਰਦੇ, ਜੱਫੀ ਪਾਉਂਦੇ, ਅਸੀਂ ਬਿਲਕੁਲ ਇੱਕ ਹੀ ਬੋਲਦੇ ਹਾਂ, ਮਾਝੇ ਦੀ ਬੋਲੀ, ਯਸ, ਰੀਅਲ ਪੰਜਾਬ ਦੀ।
ਤੇ ਦੂਜੇ ਹੈਗੇ ਨੇ ਜਿੰਨੇ ਉਹਨਾਂ ਦੇ ਹਾਕਮ ਨੇ ਅਫਸਰ ਸਾਰੇ ਉਹਨਾਂ ਦੇ ਘਰਾਂ ਚ ਵਿਚਾਰਿਆਂ ਨੇ ਮੈਨੂੰ ਕਈ ਵਾਰ ਰੋਟੀਆਂ ਖਵਾਈਆਂ, ਉਹਨਾਂ ਦੀ ਬੀਵੀਆਂ ਵੀ ਬੈਠੀਆਂ, ਮੇਰੀ ਸਰਦਾਰਨੀ ਵੀ ਨਾਲ ਗਈ ਸੀ, ਤੇ ਉਹ ਉਰਦੂ ਚ ਹੀ ਗੱਲ ਕਰਦੇ ਨੇ ਜੀ। ਤੇ ਮੈਂ ਉਹਨਾਂ ਨੂੰ ਬਹੁਤ ਫਿਰ ਝਾੜਦਾ ਹੈ, ਦੋਸਤ ਝਾੜ ਸਕਦੇ ਨੇ ਪੰਜਾਬ ਚ, ਹਾਂਜੀ ਜੀ। ਮੈਂ ਕਹਿੰਦਾ ਯਾਰ ਤੁਹਾਨੂੰ ਕੀ ਹੋਇਆ, ਤੁਸੀਂ ਕਿਸ ਕਿਉਂ ਇਹ ਆਪਣਾ ਉਰਦੂ ਸ਼ੁਰੂ ਬੋਲੀ ਜਾਂਦੇ ਜੇ, ਉਰਦੂ ਮੈਨੂੰ ਵੀ ਆਉਂਦਾ ਹੈ। ਉਰਦੂ ਦੇ ਵੱਡੇ ਵੱਡੇ ਸ਼ਾਇਰ ਪੰਜਾਬ ਚ ਹੋਏ ਨੇ, ਸਿੱਖ ਔਰ ਹਿੰਦੂ, ਬੇਦੀ ਉੜੀ ਔਰ ਹੋਰ ਤੇ ਯੂਪੀ ਚ ਵੀ ਹੋਏ ਨੇ, ਲੇਕਿਨ ਤੁਹਾਡੀ ਮਾਂ ਬੋਲੀ ਕਿੱਥੋਂ ਹੋ ਗਈ? ਜਿੱਦਣ ਜੰਮੇ ਸੀ ਤੁਸੀਂ ਸਿਆਲਕੋਟ ਜਾਂ ਫਲੌਰ, ਤੇ ਉਦਣ ਤੁਸੀਂ ਉਰਦੂ ਬੋਲਦੇ ਜੰਮੇ ਸੀ? ਮੈਂ ਇਹੋ ਜਿਹੀ ਬਦਤਮੀਜ਼ੀ ਵੀ ਕਰ ਦਿੰਦਾ, ਲੇਕਿਨ ਉਹਨਾਂ ਦੇ ਇਹ ਹੈ ਕਿ ਕਿਉਂਕਿ ਜਿਹਨਾਂ ਗਿਆ ਸੀ, ਜਿਹਨਾਂ ਦੇ ਨਾ ਅੰਗਰੇਜ਼ੀ ਕੋਈ, ਨਾ ਉਰਦੂ ਬੋਲਦਾ ਸੀ, ਨਾ ਹਿੰਦੀ, ਨਾ ਪੰਜਾਬੀ, ਕੁਛ ਵੀ ਨੀ, ਉਹਦੇ ਅੰਗਰੇਜ਼ ਸੀ, ਲੇਕਿਨ ਉਹ ਦੇ ਗਿਆ ਇਧਰੋਂ ਯੂਪੀ ਚੋਂ, ਇਹਨਾਂ ਨੇ ਉਰਦੂ ਨੂੰ ਧੱਕੇ ਮਾਰ ਕੇ ਕੱਢ ਦਿੱਤਾ, ਤੇ ਉਹਨੇ ਕਿਹਾ ਹੁਣ ਉਰਦੂ ਸਾਡੀ ਪਾਕਿਸਤਾਨ ਦੀ ਮੁਸਲਮਾਨਾਂ ਦੀ ਬੋਲੀ ਹੈ, ਜਿਹੜਾ ਕਿ ਗਲਤ ਹੈ, ਉਹ ਤੇ ਸਭ ਦੀ ਹੈ। ਤੇ ਉਹਨੇ ਫਿਰ ਉਹ ਹਕੂਮਤ ਚ ਲਗਾ ਦਿੱਤੀ, ਉਸੇ ਤੋਂ ਹੀ ਬੰਗਲਾਦੇਸ਼ ਬਣਿਆ ਝਗੜਾ ਕਰਕੇ। ਤੇ ਇਹ ਜਿਹੜੀ ਗੱਲ ਹੈ ਪੰਜਾਬ ਦੇ ਵਿੱਚ, ਅੱਜ ਮੈਂ ਦੋ ਪੰਜਾਬੀਆਂ ਵੇਖਦਾ ਸਾਡੇ ਪੰਜਾਬ ਚ, ਕਿਸ ਤਰ੍ਹਾਂ ਮੇਰੀ ਉਮਰ ਵਾਹਵਾ ਹੀ ਹੈ, 80-85 ਸਾਲ ਤੇ ਹੋਣ ਵਾਲੀ ਹੈ, ਤੇ ਮੈਂ ਸਭ ਕੁਛ ਇਹ ਆਜ਼ਾਦੀ ਦਾ ਵੇਖਿਆ। ਉਦੋਂ ਮੈਂ 8-10 ਸਾਲ ਦਾ ਸੀ ਜਦੋਂ 47 ਆਇਆ, ਤੇ ਪਹਿਲੇ ਦਿਨ ਤੋਂ ਹੀ ਬਦਕਿਸਮਤੀ ਸਾਡੀ ਹੈ, ਔਰ ਮੈਂ ਸਪਸ਼ਟ ਕਹੂੰਗਾ ਕਿ ਸੈਂਟਰਲ ਗਵਰਨਮੈਂਟ ਕਾਂਗਰਸ ਦੀ ਵੀ, ਨਹਿਰੂ ਦੀ ਵੀ, ਰਘੂਵੀਰਾ ਉਹਦਾ ਬਣਿਆ ਸੀ ਕਲਚਰ ਮਿਨਿਸਟਰ, ਲੈਂਗੁਏਜ ਮਿਨਿਸਟਰ, ਉਹ ਸੰਸਕ੍ਰਿਤ ਦਾ ਹਾਮੀ ਸੀ ਯੂਪੀ ਤੋਂ ਜੀ, ਔਰ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਸਾਡੇ ਉੱਤੇ ਕਾਠੀ ਹਿੰਦੀ ਦੀ ਪਾਉਣੀ ਸ਼ੁਰੂ ਕਰਤੀ, ਨਾਲ ਸੰਸਕ੍ਰਿਤ ਦੀ ਵੀ, ਸੰਸਕ੍ਰਿਤ ਦੀ ਵੀ। ਹਿੰਦੁਸਤਾਨ ਕੌਂਸਟੀਟਿਊਸ਼ਨ, ਮੈਂ ਪਾਰਲੀਮੈਂਟ ਚ ਵੀ ਰੌਲਾ ਪਾਇਆ ਉਤਰਨ ਤੋਂ ਪਹਿਲਾਂ ਰਾਜ ਸਭਾ ਚ, ਮੈਂ ਕਿਹਾ ਇਹ ਕੌਂਸਟੀਟਿਊਸ਼ਨ ਚ ਲਿਖਿਆ ਕਿ ਕੋਈ ਨੈਸ਼ਨਲ ਲੈਂਗੁਏਜ ਨਹੀਂ ਹੈ, 22 ਜ਼ਬਾਨਾਂ ਨੇ, ਪੰਜਾਬੀ ਵੀ ਹੈਗੀ, ਹਿੰਦੀ ਵੀ ਹੈਗੀ, ਮਦਰਾਸੀ ਟੈਮਿਲ ਵੀ ਹੈਗੀ, ਤੇਲਗੂ ਵੀ ਹੈਗੀ, ਬੰਗਾਲੀ ਵੀ ਹੈਗੀ, ਤੇ ਇਹ ਮੈਂ ਝਗੜੇ ਕੀਤੇ ਸੀ, ਲੇਕਿਨ ਉਹਨਾਂ ਨੇ ਕਾਠੀ ਪਾਉਣੀ ਸ਼ੁਰੂ ਕਰਤੀ। ਉਦੋਂ ਰੇਡੀਓ ਹੀ ਚੱਲਦਾ ਸੀ, ਆਲ ਇੰਡੀਆ ਰੇਡੀਓ ਜਲੰਧਰ, ਮੈਨੂੰ ਕਦੀ ਨੀ ਭੁੱਲਦਾ, ਆਪਣੇ ਕਾਲਜ ਵਗੈਰਾ ਚ ਉੱਥੋਂ ਅੱਧਾ ਘੰਟਾ ਕਹਿੰਦੇ ਸੀ ਹੁਣ ਪੰਜਾਬੀ ਪ੍ਰੋਗਰਾਮ, ਤੇ ਉਹ ਹਿੰਦੀ ਬੋਲੀ ਜਾਂਦੇ ਸੀ, ਹਿੰਦੀਆਈਜ਼ ਕਰ ਦਿੱਤਾ ਸੀ ਪੂਰਾ, ਔਰ ਹਰ ਜਗ੍ਹਾ ਸ਼ਬਦ ਬਦਬੋਧੀ ਪਾਈ ਜਾਂਦੇ ਸੀ। ਅੱਛਾ, ਉਹ ਸਿਲਸਿਲਾ ਚੱਲਦਾ 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 ਹੁਣ ਤੁਸੀਂ ਕਿਤੇ ਵੇਖ ਲਓ, ਹੁਣ ਵੀ ਇਹੋ ਹੀ ਹੈ, ਔਰ ਹੁਣ ਤੇ ਹਕੂਮਤ ਸ਼ਾਇਦ ਇਹਨੂੰ ਵੀ ਜ਼ਿਆਦਾ ਜ਼ੋਰ ਲਾ ਰਹੀ ਕਿ ਅਸੀਂ ਕਰਨਾ ਹੀ ਹੈ, ਨਾਰਥ ਇੰਡੀਆ ਚ ਤੇ ਕਰਨਾ ਹੈ, ਤੇ ਸਾਊਥ ਇੰਡੀਆ ਤੇ ਵੀ ਯਤਨ ਕਰਦੇ ਜਿੱਥੇ ਕਦੀ ਕਦੀ ਤਾਮਿਲਨਾਡੂ ਵਗੈਰਾ ਨਾਲ ਝਗੜਾ ਹੁੰਦਾ, ਉਹ ਖੜੋਂਦੇ ਨੇ। ਤੇ ਤੁਸੀਂ ਮੈਨੂੰ ਦੱਸੋ, ਮੈਨੂੰ ਕਿਤਾਬਾਂ ਲੋਕੀ ਪੰਜਾਬ ਤੋਂ ਭੇਜਦੇ ਰਹਿੰਦੇ, ਆਪਣੀਆਂ ਲਿਖਤਾਂ, ਨੋਵਲ, ਕਵਿਤਾ ਵਗੈਰਾ, ਮੈਂ ਵੀ ਪੜ੍ਹਦਾ, ਜਿਹੜੀ ਪੰਜਾਬੀ ਅਕੈਡਮੀ ਆਪਣੀ 70 ਸਾਲ ਪੁਰਾਣੀ ਰੰਧਾਵਾ ਔਰ ਭਾਈ ਜੋਤ ਸਿੰਘ ਹੋਰਾਂ ਦੀ ਬਣਾਈ ਹੋਈ, ਉਹਦੀ ਵੀ ਮੈਨੂੰ ਮੈਗਜ਼ੀਨ ਆਉਂਦੀ ਹੈ, ਪੰਜਾਬੀ ਸਾਹਿਤ ਹਾਂਜੀ, ਤੇ ਦਿੱਲੀ ਦੀ ਪੰਜਾਬੀ ਅਕੈਡਮੀ ਦੀ ਵੀ ਆਉਂਦੀ ਹੈ, ਤੇ ਜਿਹੜੇ ਉਹਦੇ ਚ ਲੇਖ ਹੈ ਉਹ ਮੈਨੂੰ ਤਾਂ ਸਮਝ ਨੀ ਆਉਂਦੇ ਭਾਊ, ਬਿਲਕੁਲ ਨੀ ਆਉਂਦੇ, ਕਿਉਂਕਿ ਉਹ ਸ਼ਿਵ ਬਟਾਲਵੀ ਦੀ ਬੋਲੀ ਤੇ ਹੈ ਨੀ, ਉਹ ਮਿੱਟੀ ਦੇ ਪੁੱਟੇ ਤੇ ਸ਼ਬਦ ਨੀ। ਅੱਛਾ, ਮੈਂ ਇਹ ਵੀ ਕਹਿੰਦਾ ਕਿ ਇਹਨਾਂ ਵਿਚਾਰਿਆਂ ਦਾ ਕਸੂਰ ਨੀ ਗਾ ਜਿਹੜੇ ਲਿਖਦੇ ਨੇ, ਕਿਉਂਕਿ ਜਦੋਂ ਰਘੂਵੀਰਾ ਤੋਂ ਲੱਗ ਕੇ ਇਹਨਾਂ ਨੇ ਪਹਿਲੇ ਦਿਨ ਹੀ ਲੈਂਗੁਏਜ ਔਰ ਰੇਡੀਓ ਔਰ ਇਨਫੋਰਮੇਸ਼ਨ ਕੰਟਰੋਲ ਕੀਤੀ, ਹੁਣ ਆ ਕੇ ਖੁੱਲੀ ਹੈ, ਤੇ ਤਾਂ ਹੀ ਹੁਣ ਪੰਜਾਬੀ ਦੇ ਗਾਣੇ ਵਜਾਣੇ ਦੇ ਨਾਲ ਕੋਈ ਸਾਨੂੰ ਸਾਹ ਮਿਲਿਆ। ਹਾਂਜੀ, ਤੇ ਇਹ ਉਦੋਂ ਦਾ ਐਸਾ ਜੱਫਾ ਪਾਇਆ ਸੀ ਕਿ ਜਿਹੜੇ ਬੱਚੇ 70 ਸਾਲ ਚ ਦੇਖੋ ਜਿਹੜੇ ਪੜ੍ਹੇ ਨੇ ਸਕੂਲਾਂ ਚ, ਜਲੰਧਰ, ਲੁਧਿਆਣੇ, ਕਿਤੇ ਵੀ, ਉਹ ਤੇ ਹਿੰਦੀ ਆਈ ਪੰਜਾਬੀ ਪੜ੍ਹਦੇ, ਜੇ ਪੜ੍ਹੇਗਾ ਹੀ ਉਹ ਤੇ ਹਾਊ ਕੈਨ ਹੀ ਟਾਕ ਲਾਈਕ ਮਨੋਹਰ ਸਿੰਘ ਗਿੱਲ, ਬਿਲਕੁਲ ਸਾਰਾ ਕੁਛ, ਲੇਕਿਨ ਦੂਜੇ ਬੰਨੇ ਦੁਨੀਆ ਖੁੱਲ ਗਈ ਆ, ਜਿੱਦਾਂ ਹੁਣ ਜਿੰਨਾ ਮੰਚਾਂ ਤੋਂ ਅਸੀਂ ਗੱਲ ਕਰ ਰਹੇ, ਇਹਨਾਂ ਤੇ ਕੋਈ ਪਾਬੰਦੀ ਨਹੀਂ, ਸਰਕਾਰਾਂ ਲਾ ਦੇਣ ਤੇ ਗੱਲ ਵੱਖਰੀ ਗੱਲ ਆ, ਇਹਨਾਂ ਦੋ ਤੌਰ ਤਰੀਕਿਆਂ ਦੇ ਵਿੱਚ ਇਹ ਤਰਜ਼ੇ ਜ਼ਿੰਦਗੀ ਜਿਹੜੀ ਆ, ਜਿਹਦੇ ਵਿੱਚ ਇੱਕ ਬੰਨੇ ਸਰਕਾਰਾਂ ਮੁੱਠੀ ਬੰਦ ਕਰਨ ਨੂੰ ਫਿਰਦੀਆਂ, ਦੂਜੇ ਬੰਨੇ ਦੁਨੀਆਂ ਖੁੱਲ ਗਈ ਹੈ,
ਇਹਦੇ ਵਿੱਚ ਹੁਣ ਸੰਭਾਵਨਾਵਾਂ ਕੀ ਦੇਖਦੇ ਹੋ ਕਿ ਸਾਡੇ ਵਰਗੀਆਂ ਬੋਲੀਆਂ ਤੇ ਸਾਡੀਆਂ ਬੋਲੀਆਂ ਦੇ ਵਿੱਚ ਵਿਦਵਾਨ ਜਾਂ ਇਹਦੇ ਜਿਹੜੇ ਮਾਹਿਰ ਨੇ ਉਹਨਾਂ ਦੀ ਸਪੇਸ ਵੱਧ ਗਈ ਆ ਜਾਂ ਇਹ ਸੁੰਗੜ ਜਾਣਗੇ, ਕਿਵੇਂ ਤੁਹਾਨੂੰ ਲੱਗਦਾ? ਨਹੀਂ, ਮੈਂ ਸਮਝਦਾ ਸਾਡੀ ਵੱਧ ਗਈ ਆ, ਟੈਕਨੋਲੋਜੀ ਨੇ ਕੀਤਾ ਹੈ। ਜਦੋਂ ਤੁਹਾਨੂੰ ਉਹ ਦਲੇਰ ਮਹਿੰਦੀ ਹੋਰੀ ਜਦੋਂ ਆਉਣੇ ਸ਼ੁਰੂ ਹੋਏ ਨਾ, ਤੇ ਸਭ ਤੋਂ ਪਹਿਲਾਂ ਵਲੈਤ ਦੇ ਵਿੱਚ ਜਿਹੜੇ ਪੰਜਾਬੀ ਗਏ ਹੋਏ ਉਹ ਗਾਉਣ ਲੱਗੇ ਸੀ, ਮੈਨੂੰ ਨਾਂ ਨੀ ਹੁਣ ਸਾਰਿਆਂ ਦੇ ਯਾਦ ਆਉਂਦੇ। ਮਲਕੀਤ ਹੋਣੀ, ਮਲਕੀਤ ਹੋਣੀ, ਮਲਕੀਤ ਤੋਂ ਵੀ ਪਹਿਲਾਂ ਹੈਗੇ ਸੀ, ਇੱਕ ਸਿਰ ਮੁੰਨਿਆ ਮੁੰਡਾ ਸੀ ਤੇ ਉਹ ਕਮਾਲ ਦੇ ਗਾਉਂਦੇ ਸੀ। ਉਹ ਉਹਨਾਂ ਦੀ ਜਿਹੜੀ ਮੋਸਟ ਪਾਪੂਲਰ ਗਾਣਿਆਂ ਦੀ ਅੰਗਰੇਜ਼ ਲਿਸਟ ਛਾਪਦੇ ਸੀ, ਉਹਦੇ ਚ ਆਉਣ ਲੱਗ ਪਏ ਸੀ। ਅੱਛਾ, ਫਿਰ ਜਦੋਂ ਸਾਡਾ ਢੋਲ ਵੱਜਣ ਦਾ ਤਾਂ ਦੁਨੀਆਂ ਦੇ ਵਿੱਚ, ਤੇ ਢੋਲ ਦੇ ਨਾਲ ਸਾਡਾ ਨੱਚਣਾ ਜਿਹੜਾ ਆ ਉਹ ਇੰਨਾ ਰਿਦਮਿਕ ਹੈ ਕਿ ਕਿਸੇ ਕੌਮ ਚ ਨਹੀਂ ਉਹ ਹੋਇਆ। ਬਿਲਕੁਲ। ਤੇ ਹੁਣ ਆ ਜਿਹੜੀ ਟੈਕਨੋਲੋਜੀ ਆ ਗਈ, ਸੈੱਲ ਫੋਨ ਆ ਗਿਆ, ਤੁਹਾਡੇ 500 ਚੈਨਲ ਆ ਗਏ, ਹੁਣ ਤੁਸੀਂ ਕਿਸੇ ਕੋਲ ਪਰਮਿਸ਼ਨ ਤੇ ਲੈਣੀ ਨੀ, ਜੋ ਤੁਸੀਂ ਬੋਲਦੇ ਹੋ ਜੋ ਤੁਸੀਂ ਕਹਿੰਦੇ ਜੇ। ਇਹ ਜ਼ਮਾਨਾ ਹੁਣ ਆਇਆ 10-15-20 ਸਾਲ ਤੋਂ, ਤੁਹਾਡਾ ਇਹਦੇ ਨਾਲ ਸਭ ਕੁਛ ਖੁੱਲ ਗਿਆ। ਤੁਹਾਨੂੰ ਲੱਗਦਾ ਬੰਨ ਮਾਰਿਆ, ਬੰਨ ਮਾਰਿਆ, ਬੰਨ ਵੱਜਣੇ ਨੀ ਹੁਣ? ਨਹੀਂ, ਇਹ ਟੁੱਟ ਗਿਆ ਬੰਨ, ਤੇ ਰੋਣ ਪੈਣਾ ਹੈ। ਇਸੇ ਕਰਕੇ ਤੁਹਾਡੇ ਸਾਹਮਣੇ ਆਉਂਦਾ ਹੈ ਕਿ ਬੰਬੇ ਫਿਲਮਾਂ ਨੂੰ ਇਹ ਹਿੰਦੀਆਈਜ਼ ਕਰਦੇ ਸੀ ਬਹੁਤ, ਹੁਣ ਕੋਈ ਬੰਬੇ ਫਿਲਮ ਆਪਣਾ ਅਮਿਤਾਭ ਬੱਚਨ ਹੋਣੀ ਉਹ ਚੱਲਦੀ ਨੀ ਜਿੰਨਾ ਚਿਰ ਵਿੱਚ ਦੋ ਪੰਜਾਬੀ ਠੋਕ ਕੇ ਗਾਣੇ ਨਾ ਪਾਏ ਜਾਣ, ਔਰ ਠੋਕਵੀਂ ਪੰਜਾਬੀ। ਬਿਲਕੁਲ। ਉਹਦਾ ਮਿਊਜ਼ਿਕ ਵੀ ਤੁਹਾਡੇ ਪੰਜਾਬੀ ਰਿਦਮ ਤੇ ਹੁੰਦਾ ਹੈ। ਅੱਛਾ, ਕਿਸੇ ਵੇਲੇ ਮੈਂ ਜਦੋਂ ਕਾਲਜ ਸੀ ਔਰ ਜਦੋਂ ਮੈਂ IAS ਸੀ, ਤੇ ਮੈਨੂੰ ਕਦੀ ਨੀ ਭੁੱਲਦਾ ਕਿਉਂਕਿ ਮੇਰੇ ਦਿਲ ਚ ਬੜਾ ਕੜੱਤਣ ਹੈ ਉਹਦੀ, ਕਿ ਮੈਂ ਇੱਕ ਵਾਰ ਜਦੋਂ ਮੈਂ ਵੇਖਣ ਜਾਂਦਾ ਸੀ ਫਿਲਮ ਚੰਡੀਗੜ੍ਹ ਚ IAS, ਤੇ ਉਹ ਨੀਲਮ ਸਿਨੇਮਾ ਹੀ ਸੀ ਕੈਰੋਂ ਦਾ, ਹਾਂਜੀ, ਤੇ ਉਹਦੇ ਚ ਅਸੀਂ ਬੈਠ ਜਾਣਾ ਤੇ ਉਹ ਸਾਰੇ IAS ਹੋਰ ਵੀ ਆਉਂਦੇ ਸੀ ਤੇ ਸਾਰੇ ਬੈਠੇ ਹੁੰਦੇ ਸੀ, ਤੇ ਹਰ ਪੰਜਾਬੀ ਫਿਲਮ, ਕਿਉਂਕਿ ਪੰਜਾਬੀ ਜਿਹੜੇ ਲਾਹੌਰੋਂ ਚਲੇ ਗਏ ਸੀ ਚੋਪੜੇ ਛੋਪੜੇ, ਉਹ ਸਾਰੇ ਬੰਬੇ ਤੇ ਕਬਜ਼ਾ ਕਰ ਗਏ। ਅੱਜ ਵੀ ਉੱਥੇ ਜਿਹੜੇ ਮੈਨੇਜਮੈਂਟ ਹੈ ਉਹ ਸਾਰੇ ਪੰਜਾਬੀ ਨੇ, ਤੁਹਾਨੂੰ ਪਤਾ ਹੈ, ਤੁਸੀਂ ਜਾਣਦੇ ਜੀ। ਤੇ ਉਹਨਾਂ ਨੇ ਜਿਹੜੀ ਵੀ ਫਿਲਮ ਬਣਾਉਣੀ, ਇੰਨਾ ਉਹਨਾਂ ਦੇ ਦਿਲ ਚ ਪਤਾ ਨੀ ਕੀ ਸਾਡੇ ਖਿਲਾਫ਼ ਵੈਰ ਸੀ, ਤੇ ਉਹਨਾਂ ਨੇ ਜਿਹੜਾ ਜੋਕਰ ਬਣਾਉਣਾ, ਜੋਕਰ ਬਣਾਉਂਦੇ ਸੀ ਇੱਕ ਪੁੱਠੀ ਜੀ ਪੱਗ ਵਾਲਾ ਸਿੱਖ, ਤੇ ਮੈਂ ਜਦੋਂ ਵੋਟੀ ਲੈ ਕੇ ਨਵਾਂ ਨਵਾਂ ਵਿਆਹ ਬੈਠੇ ਹੋਣਾ ਤੇ ਮੈਂ ਕੁਰਸੀ ਥੱਲੇ ਵੜ ਜਾਂਦਾ ਸੀ, ਮੈਂ ਕਿਹਾ ਯਾਰ ਹੱਦ ਹੋ ਗਈ, ਵੀ ਆਰ ਦ ਮੋਸਟ ਆਨਰੇਬਲ ਪੀਪਲ ਇਸ ਦੁਨੀਆਂ ਦੇ, ਅਸੀਂ ਲੜਾਕੇ, ਅਸੀਂ ਪਹਿਲਵਾਨ, ਸਾਡੇ ਹੀ ਏਰੀਅਨ ਨਕਸ਼ ਨੇ, ਬਾਕੀ ਦੇ ਆਪੇ ਵੇਖ ਲੈਣ ਕੀ ਨੇ, ਤੇ ਸਾਨੂੰ ਬਿਲਕੁਲ ਖੋਤਾ ਬਣਾ ਕੇ ਤੇ ਉੱਥੇ ਜੋਕਰ ਬਣਾ ਦਿੰਦੇ, ਹਰ ਫਿਲਮ ਦੇ ਵਿੱਚ ਹੁੰਦਾ ਸੀ, ਬਹੁਤ ਮੇਰੇ ਦਿਲ ਚ ਬੇਸਵਾਦੀ ਹੁੰਦੀ ਸੀ। ਹੁਣ ਕੀ ਹੈ, ਹੁਣ ਅਮਿਤਾਭ ਬੱਚਨ ਮੈਂ ਵੇਖਿਆ ਬ੍ਰਿਗੇਡੀਅਰ ਬਣਿਆ ਹੋਇਆ, ਸੋਹਣੀ ਪੱਗ ਬੱਧੀ, ਸਰਲੀ ਉਹਦੇ ਵਰਗਾ ਬ੍ਰਿਗੇਡੀਅਰ ਸਿੱਖਾਂ ਚ ਵੀ ਹੈ ਨੀ, ਜੇ ਸਿੱਧੀ ਪੱਗ ਬੰਨਣੀ ਤੇ ਬੰਨ ਲੈਂਦੇ ਨੇ, ਬੰਨ ਕੇ ਸਿਰ ਤੇ ਰੱਖਣ ਵਾਲੇ ਬਥੇਰੇ ਨੇ, ਹਾਂਜੀ। ਤੇ ਹੁਣ ਇਹ ਕਰਨ ਡੇ ਪਏ ਨੇ ਕਿਉਂਕਿ ਹੁਣ ਇਹਨਾਂ ਨੂੰ ਸਮਝ ਆਈ ਕਿ ਇਹ ਪੰਜਾਬੀ ਗਾਣਾ ਵਜਾਉਣਾ ਢੋਲ ਢਮੱਕੇ ਦੇ ਬਗੈਰ ਸਾਡੀ ਦੁਕਾਨ ਨੀ ਚੱਲਣੀ। ਸੋ ਮੈਨੂੰ ਹੁਣ ਆਸ ਹੈ ਕਿ ਤੁਸੀਂ ਇਹ ਤੁਹਾਡਾ ਜਿਹੜਾ ਰੋਡ ਹੈ ਨਾ ਸਤਲੁਜ ਦੇ ਵਿੱਚ, ਇਹ ਹੁਣ ਇਹਨਾਂ ਨੂੰ ਲੈ ਜਾਏਗਾ ਆਪਣਾ ਗੰਗਾ ਗੁੰਗਾ ਗਾਣਾ ਵੀ। ਅੱਛਾ, ਮੈਨੂੰ ਦੱਸਿਓ, ਤੁਸੀਂ ਗੱਲ ਬੜੀ ਸੋਹਣੀ ਕੀਤੀ ਹੁਣ, ਕਿਉਂਕਿ ਸਾਡੇ ਕੋਲ ਅਸੀਂ 13-14 ਮਿੰਟ ਅੱਗੇ ਲੰਘ ਆਏ ਹਾਂ। ਮੈਂ ਇਹ ਸਮਝਦਾ ਕਿ ਸ਼ਿਵ ਕੁਮਾਰ ਬਟਾਲਵੀ ਦਾ ਜ਼ਿਕਰ ਕਰਨਾ ਤੁਹਾਡੀ ਪਹਿਲੀ ਮੁਲਾਕਾਤ ਤੋਂ ਲੈ ਕੇ ਤੇ ਉਹਦੇ ਫਿਰ ਉਹਦੇ ਜਿੱਥੇ ਸੰਸਕਾਰ ਹੋਇਆ ਉੱਥੇ ਤੁਸੀਂ ਜਾ ਕੇ ਉਹਦੀ ਯਾਦਗਾਰ ਬਣਾਈ, ਲੇਕਿਨ ਉਸ ਤੋਂ ਪਹਿਲਾਂ ਇੱਕ ਆਖਰੀ ਸਵਾਲ ਭਾਸ਼ਾ ਨਾਲ ਸੰਬੰਧਿਤ, ਮੈਨੂੰ ਇਹ ਦੱਸਿਓ ਕਿ ਤੁਹਾਨੂੰ ਪੰਜਾਬੀ ਦੀਆਂ ਕੋਈ ਨਵੀਆਂ ਕਿਤਾਬਾਂ ਪੜ੍ਹ ਕੇ, ਨਵੇਂ ਕਵੀ ਜਾਂ ਕੋਈ ਕਹਾਣੀਕਾਰ ਨੋਵਲਿਸਟ ਪੜ੍ਹ ਕੇ ਸਵਾਦ ਆਉਂਦਾ? ਦੂਜੀ ਗੱਲ, ਅਸੀਂ ਆਪਣੇ ਮਿਆਰ ਕਾਇਮ ਕਰਨ ਲਈ ਤਰੀਕਾਕਾਰ ਕੀ ਬਣਾਈਏ ਕਿ ਸਾਨੂੰ ਵਿਸ਼ਵ ਇਤਿਹਾਸ ਤੇ ਵਿਸ਼ਵ ਦਾ ਲਿਟਰੇਚਰ ਪੜ੍ਹਨ ਲਈ ਆਪਣੇ ਰਾਈਟਰਸ ਨੂੰ ਇਹ ਕਹਿਣਾ ਪਊਗਾ ਕਿ ਥੋੜਾ ਵੱਧ ਪੜ੍ਹ ਕੇ ਲਿਖੋ ਤਾਂ ਕਿ ਕੋਈ ਨਵਾਂ ਹੋਵੇ, ਕੁਛ ਵੱਖਰਾ ਹੋਵੇ? ਇਹ ਠੀਕ ਹੈ, ਕਹਿਣਾ ਪਊਗਾ, ਜੇ ਨਹੀਂ ਕਹਾਂਗੇ ਤੇ ਉਹਨਾਂ ਨੇ ਫਿਰ ਸ਼ਿਵ ਬਟਾਲਵੀ ਨਹੀਂ ਪੈਣਾ, ਉਹਨਾਂ ਨੇ ਸ਼ਿਵ ਦੇ ਪੈਰਾਂ ਤੱਕ ਵੀ ਨੀ ਪਹੁੰਚਣਾ। ਮੈਂ ਤੁਹਾਨੂੰ ਸਭ ਸਾਫ਼ ਕਹਿ ਦਿਆਂ, ਮੈਂ ਨਾਂ ਨੀ ਲੈਂਦਾ, ਬਥੇਰੇ ਸ਼ਾਇਰਾਂ ਨੂੰ ਮੈਂ ਪੜ੍ਹਦਾ ਜੀ, ਉਹ ਮੇਰੇ ਕੋਲ ਆ ਜਾਂਦੇ ਨੇ, ਤੇ ਇਹ ਕਿਸੇ ਤਰੀਕੇ ਨਾਲ ਉਹਨਾਂ ਨੂੰ ਜਿਹੜੀ ਬੋਲੀ ਹੈ ਮਿੱਟੀ ਦੇ ਵਿੱਚ, ਉਹਨੂੰ ਆਪਣੀ ਸ਼ਹਿਰ ਦੀ ਜਿਹੜੀ ਇਹਨਾਂ ਨੂੰ ਹੁਣ ਠੋਕੀ ਹੋਈ ਆ, ਉਹਨੂੰ ਕਿਸੇ ਤਰੀਕੇ ਨਾਲ ਇਹਦਾ ਬੈਲੈਂਸ ਕਰਨਾ ਪਊਗਾ। ਔਰ ਮੇਰਾ ਖਿਆਲ ਇਹ ਆ, ਆਹ ਜਿਹੜਾ TV ਖੁੱਲ ਗਈ ਆ ਨਾ, ਹੋਰ ਇਹਦੇ ਨਾਲ ਟੈਕਨੋਲੋਜੀ ਖੁੱਲ ਗਈ ਆ, ਇਹਦੇ ਰਹੀ ਇੰਨੇ ਆ ਗਏ, ਹੁਣ ਤੁਹਾਡੇ ਵਟਸਐਪ ਤੇ ਮੈਨੂੰ ਲੋਕੀ ਭੇਜਦੇ ਰਹਿੰਦੇ, ਕੋਈ ਗਰੇਵਾਲ ਹੈ, ਕੋਈ ਦੂਜਾ ਹੈ, ਕੋਈ ਤੀਜਾ ਹੈ, ਕੋਈ ਜੱਸੀ ਹੈ, ਉਹ ਜਦੋਂ ਗਾਉਂਦੇ ਨੇ ਤੇ ਇਹਨਾਂ ਸਾਰਿਆਂ ਨੂੰ ਪਛਾਣ ਸੁੱਟ ਜਾਂਦੇ ਨੇ। ਬਿਲਕੁਲ।
ਤੇ ਉਹਦੇ ਨਾਲ ਇਹ ਤੁਹਾਡਾ ਜਿਹੜਾ ਦਰਿਆ ਦਾ ਹੜ ਹੈ ਹੁਣੇ ਜਾਏਗਾ ਕਰਾਚੀ ਵੀ ਤੇ ਗੰਗਾ ਚ ਵੀ। ਮੈਂ ਨੀ ਸਮਝਦਾ ਹੁਣ ਇਹਨੂੰ ਕੋਈ ਰੋਕ ਸਕਦੇ। ਇਸ ਕਰਕੇ ਜਿਹੜੇ ਦਿੱਲੀ ਵਾਲੇ ਨੇ ਨਾ ਇਹ ਜਿਹੜੀ ਬੇਮਹਿਨੇ ਕੋਸ਼ਿਸ਼ ਕਰੀ ਜਾ ਰਹੇ ਹਾਲੀ ਵੀ ਹਿੰਦੀਆਈਜ਼ ਕਰਨਾ, ਹਾਂਜੀ ਤੇ ਇਹ ਬੇਵਕੂਫੀ ਹੈ। ਹਿੰਦੁਸਤਾਨ ਦੇਖੋ ਬੇਅੰਤ ਕੌਮਾਂ ਨੇ, ਬੇਅੰਤ ਧਰਮ ਨੇ, ਬੇਅੰਤ ਉਹਨਾਂ ਦੀਆਂ ਜ਼ਬਾਨਾਂ ਨੇ ਔਰ ਉਹ ਸਾਰੇ ਇੱਕ ਤੋਂ ਇੱਕ ਬਿਹਤਰ ਹੈ। ਉਹ ਸਾਰਿਆਂ ਨੂੰ ਯਾਰ ਪੜ੍ਹੋ ਤੇ ਸੁਣੋ ਤੇ ਸਵਾਦ ਲਓ। ਜੀ 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 ਲੇਕਿਨ ਕੀ ਇਹ ਸਰਕਾਰਾਂ ਦੇ ਕੰਮ ਹੁੰਦੇ ਆ? ਵੈਸੇ ਤੁਸੀਂ ਸਰਕਾਰ ਹੀ ਰਹੇ ਹੋ ਬੜੇ ਸਾਲ, ਦੂਜੇ ਬੰਨੇ ਕੀ ਸਰਕਾਰਾਂ ਦੇ ਕੀਤਿਆਂ ਕਲਚਰ ਬਦਲ ਜਾਂਦੇ ਆ, ਲੋਕਾਂ ਦਾ ਮਨੋਸਥਿਤੀ ਬਦਲ ਜਾਂਦੀ? ਅੱਗੇ ਵੀ ਹੁੰਦੇ ਰਹੇ ਹੋਣਗੇ, ਪਹਿਲਾਂ ਵੀ ਯਤਨ ਹੁੰਦੇ ਹੀ ਰਹੇ ਹੋਣਗੇ। ਨਹੀਂ ਬਿਲਕੁਲ ਹੁੰਦੇ ਰਹੇ ਆ। ਤਾਮਿਲਨਾਡ ਜਿਹੜਾ ਇੰਡੀਆ ਛੱਡਣ ਨੂੰ ਤਿਆਰ ਸੀ 56 ਵਿੱਚ, ਕਿਉਂਕਿ ਤਾਮਿਲਨਾਡ ਦੇ ਵਿੱਚ ਕੋਈ ਪਾਪੂਲੇਸ਼ਨ ਐਥਨਿਕ ਦਾ ਵੀ ਕੋਈ ਝਗੜਾ ਨਹੀਂ, ਸਾਰੇ ਹੀ ਉਹ ਮੈਜੋਰਿਟੀ ਹਿੰਦੂ, ਕੁਛ ਥੋੜੇ ਜਿਹੇ ਮੁਸਲਮਾਨ ਨੇ ਔਰ ਉਹ ਸਾਰੇ ਹੀ ਤਾਮਿਲ ਬੋਲਣ ਵਾਲੇ ਨੇ ਜੀ। ਇਸੇ ਕਰਕੇ ਤਾਮਿਲਨਾਡ ਤੁਹਾਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਉਹਨਾਂ ਨੇ ਅੱਜ ਕਿਹਾ ਹੋਇਆ, ਆ ਜਿਹੜੀ ਹੁਣੇ ਲੈਂਗੁਏਜ ਪਾਲਿਸੀ ਇਹਨਾਂ ਨੇ ਬਣਾਈ ਉਹਦੇ ਉੱਤੇ ਜਿਹੜਾ ਚੇਅਰਮੈਨ ਸੀ ਉਹ ਇੱਕ ਸਾਊਥ ਇੰਡੀਅਨ ਪ੍ਰੋਫੈਸਰ ਬਿਠਾ ਦਿੱਤਾ, ਮੇਰਾ ਦੋਸਤ ਸੀ, ਹੁਣ ਨਾਂ ਨੀ ਮੇਰਾ ਮੈਨੂੰ ਯਾਦ ਆ ਰਿਹਾ, ਹਾਂਜੀ ਸਾਇੰਟਿਸਟ ਸੀ, ਤੇ ਉਹ ਜਾਣ ਕੇ ਸਾਊਥ ਦਾ ਬਿਠਾ ਦਿੱਤਾ ਤਾਂ ਕਿ ਇਹਦੀ ਬੁੱਕਲ ਦੇ ਵਿੱਚ ਅਸੀਂ ਛਾਪਾਂਗੇ ਜੋ ਛਾਪਣਾ। ਬਾਕੀ ਸਾਰੀ ਕਮੇਟੀ 11 ਦੀ ਹੈਗੀ ਸੀ ਯੂਪੀ ਬਿਹਾਰ ਦੀ, ਇਹ ਕਿਸ ਤਰ੍ਹਾਂ ਔਰ ਉਹ ਕਰਕੇ ਤੇ ਜਿਹੜੀ ਲੈਂਗੁਏਜ ਪਾਲਿਸੀ ਇਹਨਾਂ ਨੇ ਹੁਣ ਨਵੀਂ ਲਿਖੀ ਹੈ, ਤਾਮਿਲਨਾਡੂ ਚ ਸਾਫ ਕਹਿੰਦਾ ਅੱਜ ਵੀ ਕਹਿੰਦਾ ਔਰ ਹੁਣ ਉਹ ਸਟੈਲਿਨ ਆ ਗਿਆ, ਮੈਂ ਦੇਖਦਾ ਕੀ ਹੋਏਗਾ ਹੁਣ, ਇੰਟਰਸਟਿੰਗ ਹੋਏਗਾ। ਤੇ ਉਹ ਤੇ ਠੋਕ ਕੇ ਕਹਿੰਦੇ ਨੇ ਕਿ ਅਸੀਂ 3 ਲੈਂਗੁਏਜ ਪਾਲਿਸੀ ਨਹੀਂ ਕਰਨੀ। 3 ਲੈਂਗੁਏਜ ਦਾ ਮਤਲਬ ਹੀ ਕੀ ਹੈ? ਸਿੰਪਲ ਫਾਰਮੂਲਾ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਹੋਏਗੀ ਤੇ ਨਾਲ ਹੋਏਗੀ ਇੰਗਲਿਸ਼ ਜੀ। ਇੰਗਲਿਸ਼ ਕਿਉਂਕਿ ਵਰਲਡ ਲੈਂਗੁਏਜ ਹੈ, ਡਿਪਲੋਮੇਸੀ ਵੀ ਹੈ, ਇੰਡਸਟਰੀ ਵੀ ਹੈ, ਹਿੰਦੁਸਤਾਨ ਦੇ ਵਿੱਚ ਜੋੜਨਾ ਜਿਵੇਂ ਮਦਰਾਸ ਔਰ ਤਾਮਿਲਨਾਡ ਨਾਲ ਗੱਲ ਕਰਨੀ ਤੇ ਅੰਗਰੇਜ਼ੀ ਚ ਹੀ ਕਰਦਾ ਮੈਂ, ਬਿਲਕੁਲ ਉਹ ਵੀ ਅੰਗਰੇਜ਼ੀ ਚ ਹੀ ਕਰਦੇ। ਬੰਗਾਲ ਚ ਵੀ ਮਮਤਾ ਵੀ ਵਧਾਈ ਹੋਵੇ ਉਹਨੂੰ, ਤੇ ਅੱਜ ਉਹ ਜਦੋਂ ਬੋਲਦੀ ਅੰਗਰੇਜ਼ੀ ਵੀ ਬੋਲਦੀ ਪਰ ਅੰਗਰੇਜ਼ੀ ਉਹ ਸਟਰਗਲ ਕਰਦੀ ਹੈ, ਫਿਰ ਜਦੋਂ ਇੱਕ ਵਾਰ ਬੰਗਾਲੀ ਚੜ ਜਾਂਦੀ ਤੇ ਫਿਰ ਉਹ ਆਸਮਾਨ ਪਹੁੰਚਦੀ ਹੈ। ਬਿਲਕੁਲ ਇਹ ਹਰ ਇੱਕ ਜ਼ਬਾਨ ਦਾ ਹੈ ਔਰ ਇਹਨਾਂ ਨੂੰ ਸਵੀਕਾਰ ਕਰਨਾ ਚਾਹੀਦਾ। ਕੈਨੇਡਾ ਛੋਟਾ ਜਿਹਾ ਮੁਲਕ ਹੈ, ਉਹਦੇ ਚ ਲੇਕਿਨ ਫ੍ਰੈਂਚ ਐਂਡ ਇੰਗਲਿਸ਼ ਦੋ ਹਿਸਟੋਰੀਕਲ ਲੈਂਗੁਏਜਸ ਹੈ, ਕਿਉਂਕਿ ਜਿਹੜਾ ਅੱਜ ਕੈਨੇਡਾ ਅੱਧਾ ਮੁਲਕ ਫਰਾਂਸ ਦਾ ਸੀ ਪਰ ਅੰਗਰੇਜ਼ਾਂ ਨੇ ਉਹਨਾਂ ਕੋਲ ਖੋਹ ਲਿਆ, ਪਰ ਕੈਨੇਡਾ ਇੰਨੀ ਸੈਂਸ ਹੈ ਕਿ ਉਹਨਾਂ ਨੇ ਫ੍ਰੈਂਚ ਐਂਡ ਇੰਗਲਿਸ਼ ਬਰਾਬਰ ਰੱਖੀਆਂ ਜੀ, ਬਰਾਬਰ। ਔਰ ਉਹ ਤੇ ਇੰਨੇ ਸਿਆਣੇ ਨੇ ਕਿਉਂਕਿ ਉਹਨਾਂ ਨੂੰ ਆਬਾਦੀ ਦੀ ਲੋੜ ਹੈ। ਕੱਲ ਮੈਂ ਪੜ੍ਹ ਰਿਹਾ ਸੀ ਦੇ ਵਾਂਟ ਕਿ ਫਿਊ ਮਿਲੀਅਨ ਪੀਪਲ ਮੋਰ, ਕਿਉਂਕਿ ਮੁਲਕ ਬਹੁਤ ਵੱਡਾ ਹੈ, ਬੰਦੇ ਹੈ, ਖੇਤਰਫਲ ਬੜਾ, ਜਗ੍ਹਾ ਬੜੀ ਹੈ। ਹਾਂ ਤੇ ਉਹ ਉੱਥੇ ਤੁਹਾਨੂੰ ਪਤਾ ਸਿੱਖ ਬਥੇਰੇ ਪਹੁੰਚ ਗਏ ਨੇ, ਤਾਮਿਲ ਵੀ ਗਏ ਨੇ, ਮਦਰਾਸੀ ਵੀ ਗਏ ਨੇ, ਹੋਰ ਆਪਣੇ ਗਏ ਨੇ ਬੰਗਲਾਦੇਸ਼, ਸਾਰੇ ਹੀ ਗਏ ਨੇ, ਪੂਰਾ ਪੰਜਾਬ ਵਸ ਗਿਆ ਉੱਥੇ। ਪਰ ਜਿੱਥੇ ਵੀ ਜੇ ਛੋਟੇ ਜਿਹੇ ਕਸਬੇ ਵਿੱਚ ਵੀ ਜੇ 500,000 ਤਾਮਿਲ ਹੈਗੇ ਨੇ ਜਾਂ ਸਿੱਖ ਹੈਗੇ ਨੇ ਤੇ ਗਵਰਨਮੈਂਟ ਪੈਸੇ ਦਿੰਦੀ ਹੈ ਉਹਨਾਂ ਦੀ ਕਲਚਰ ਨੂੰ ਕਾਇਮ ਰੱਖਣ ਲਈ ਸਰਦਾਰ ਜੀ। ਹਾਂ ਉਹ ਵਿਭਿੰਨਤਾ ਰੱਖਦੇ ਆ, ਡਾਇਵਰਸਿਟੀ। ਬੜੀ ਦੇਰ ਦਾ ਰੌਲਾ ਪਾਉਣਾ, ਕਿਸੇ ਨੂੰ ਸਮਝ ਨਹੀਂ ਗਈ, ਕੋਈ ਨੀ ਸੋਚਦਾ। ਗਵਰਨਮੈਂਟ ਪੇ ਕਰਦੀ ਹੈ ਫੋਰ ਦੈਮ ਟੂ ਹੈਵ ਏ ਗੁਰਮੁਖੀ ਟੀਚਰ, ਗਵਰਨਮੈਂਟ ਪੇ ਕਰਦੀ ਉਹਨਾਂ ਦੇ ਕਲਚਰ ਦੇ ਨੱਚਣ ਗਾਉਣ ਜੋ ਕੁਛ ਵੀ ਕਰਨਾ ਹੋਵੇ। ਇਹ ਸਾਰੀਆਂ ਕੌਮਾਂ ਨੂੰ ਕਰਦੀ ਜਿੰਨੇ ਉੱਥੇ ਗਈਆਂ ਨੇ, ਕਿਉਂਕਿ ਉਹ ਕਹਿੰਦੇ ਵੀ ਆਰ ਏ ਕੰਟਰੀ ਆਫ ਮੈਨੀ ਕਲਚਰਸ, ਤੇ ਇੱਥੇ ਤੇ ਹਜ਼ਾਰਾਂ ਸਾਲ ਤੋਂ ਮੈਨੀ ਕਲਚਰਸ ਨੇ, ਤੇ ਉਹਨਾਂ ਨੂੰ ਦੱਬ ਕੇ ਚਲੇਗੀ। ਤੁਹਾਡਾ ਅਨੁਭਵ ਬੜਾ ਵਿਸ਼ਾਲ ਸਾਡੇ ਪੰਜਾਬ ਦੇ ਲੀਡਰਸ ਨਾਲ ਹੈ, ਮੈਨੂੰ ਦੱਸਿਓ ਕਿ ਮਮਤਾ ਤਾਂ ਉੱਥੋਂ ਦੀ ਅਜ਼ਮਤ ਲਈ, ਉੱਥੋਂ ਦੀ ਭਾਸ਼ਾ ਕਲਚਰ ਲਈ ਲੜਦੀ ਹੈ, ਤੇ ਉਹ ਸਟਾਲਿਨ ਹੋਣੀ ਵੀ ਲੜਦੇ ਆ, ਤੇ ਬਾਕੀ ਸਾਰੇ ਵੀ ਆਪਣੇ ਆਪਣੇ ਖਿੱਤਿਆਂ ਦੇ ਜਿਹੜੇ ਬੁਨਿਆਦੀ ਮਸਲਿਆਂ ਲਈ ਲੜਦੇ। ਸਾਡੇ ਵਾਲੇ ਸਾਹਿਤ ਨੂੰ, ਸਾਡੇ ਵਾਲੇ ਕਲਚਰ ਨੂੰ, ਸਾਡੇ ਵਾਲੇ ਭਾਸ਼ਾ ਨੂੰ, ਕਿਤਾਬਾਂ ਨੂੰ ਇਹ ਦੂਰੋਂ ਹੀ ਬਾਏ ਬਾਏ ਕਹਿ ਜਾਂਦੇ ਆ, ਇਹ ਕੀ ਸਿਖਾ ਗਏ? ਜੇ ਤੁਸੀਂ ਵਾਹ ਵਾਹ ਤੁਹਾਡਾ ਵਾਹ ਰਿਹਾ, ਸ਼ੁਰੂ ਚ ਤੁਸੀਂ ਇਹਨਾਂ ਨੂੰ ਜਵਾਨ ਕੀਤਾ, ਬੁੱਢੇ ਵੀ ਤੁਹਾਡੇ ਵਹਿੰਦਿਆਂ ਵਹਿੰਦਿਆਂ ਹੋਏ ਆ, ਇਹ ਸਾਡੇ ਲੀਡਰ ਕਿਉਂ ਇਹੋ ਜਿਹਾ ਐਟੀਟਿਊਡ ਅਪਣਾ ਕੇ ਬਹਿ ਗਏ? ਬੜੀ ਸਿੱਧੀ ਗੱਲ ਹੈ। ਔਰ ਅੱਜ ਮੈਂ ਬਾਈ ਚਾਂਸ ਸੀ ਤੁਹਾਡੇ ਚੈਨਲ ਨੂੰ ਸੁਣਦਾ ਪਿਆ, ਜਗਮੀਤ ਬਰਾੜ ਨੂੰ ਤੁਸੀਂ ਕਰ ਰਹੇ ਸੀ ਜੀ ਇੰਟਰਵਿਊ, ਉਹਦੇ ਤੋਂ ਮੈਂ ਗੱਲ ਲਊਂਗਾ, ਕਿਉਂਕਿ ਉਹਨੇ ਕਹਿ ਦਿੱਤੀ, ਮੈਂ ਉਹੀ ਕਹਿ ਦੇਣੀ ਤੁਹਾਨੂੰ। ਹਾਂਜੀ
ਉਹਦੇ ਪਿਤਾ ਨੂੰ ਵੀ ਮੈਂ ਜਾਣਦਾ ਸੀ, ਬਾਦਲ ਦਾ ਮਿਨਿਸਟਰ ਸੀ, ਤੇ ਫਿਰ ਬਦਕਿਸਮਤੀ ਨਾਲ ਉਹ ਥੱਲੇ ਨੂੰ ਗਿਆ ਤੇ ਹਾਰਟ ਅਟੈਕ ਨਾਲ ਗੁਜ਼ਰ ਗਿਆ। ਹਾਂਜੀ, ਨਹੀਂ ਤੇ ਉਹ ਪੰਜਾਬ ਦਾ ਚੀਫ ਮਿਨਿਸਟਰ ਬਹੁਤ ਸ਼ਾਨਦਾਰ ਬਣ ਸਕਦਾ ਸੀ। ਇਹ ਜਗਮੀਤ ਜਿਹੜਾ ਅੱਜ ਗੱਲ ਕਰ ਰਿਹਾ ਸੀ, ਉਹਨੂੰ ਤੁਸੀਂ ਇਹ ਸਵਾਲ ਪੁੱਛਿਆ, ਉਹਨੇ ਅੱਗੋਂ ਤੁਹਾਨੂੰ ਕਹਿ ਰਿਹਾ ਸੀ ਜੋ ਮੈਂ ਸੁਣ ਰਿਹਾ ਸੀ ਕਿ ਬਈ ਪੰਜਾਬ ਦੇ, ਦੇਖੋ ਪੰਜਾਬ ਦੀ ਬੋਲ, ਪੰਜਾਬ ਦੀ ਲੋਕ ਤੇ ਪੰਜਾਬ ਦੇ ਉਹਦੀ ਵੰਡ ਹੈ 50%, ਜਾਂ ਅਸੀਂ ਆਪਣੇ ਆਪ ਨੂੰ ਕਹਿੰਦੇ ਕਿ ਸਿੱਖ 52% ਨੇ, ਐਵੇਂ ਛਾਤੀ ਫੈਲਾ ਕੇ। ਤੇ ਬੇਸਿਕ ਇਹ ਹੈ ਕਿ ਸ਼ਹਿਰਾਂ ਦੇ ਵਿੱਚ ਖੱਤਰੀ ਹਿੰਦੂ 50% ਨੇ, ਤੇ ਪਿੰਡਾਂ ਦੇ ਵਿੱਚ ਜੱਟ 50% ਨੇ, 50-50 ਹੈ। ਜੱਟ ਜਿਹੜੇ ਉਹ ਸਾਰੇ ਹੀ ਸਿੱਖ ਨੇ, ਤੇ ਉਹਨਾਂ ਨੂੰ ਇਹ ਗੁਰੂਆਂ ਦੀ ਬੋਲੀ ਆਈ ਹੈ ਔਰ ਉਹ ਛੱਡਦੇ ਨੀ ਜੀ। ਤੇ ਸਾਡਾ ਇਸ ਕਰਕੇ, ਤੁਹਾਨੂੰ ਪਤਾ ਜਦੋਂ ਮੈਂ ਕਾਲਜ ਚ ਸੀ 60s ਵਿੱਚ, ਤੇ ਝਗੜੇ ਵੀ ਬਹੁਤ ਹੋਏ ਸੀ। ਡਾਕਟਰ ਕਾਲੀ ਚਰਨ ਲੁਧਿਆਣੇ ਦਾ ਸੀ, ਬੜੇ ਮੋਰਚੇ ਲਾਉਂਦੇ ਸੀ ਉਹ ਵੀ, ਹਿੰਦੀ ਸੁਰੱਖਿਆ ਸਮਿਤੀ। ਉਹਨਾਂ ਨੇ ਕਿਹਾ ਤੁਸੀਂ ਬਣਾਉਂਦੇ ਜੇ, ਮੈਂ ਤਾਰਾ ਸਿੰਘ ਹੋਣੀ ਤੇ ਅਸੀਂ ਵੀ ਬਣਾਉਂਦੇ ਹਾਂ। ਸੋ ਇਹ ਬਹੁਤ ਦਾਗ ਸੁੱਟ ਆਇਆ, ਉਹਦੇ ਚ ਵੀ ਆਪਣੀ ਡਿਵੀਜ਼ਨ ਹੋਈ ਹਰਿਆਣੇ ਪੰਜਾਬ ਦੀ। ਸੋ ਸਾਡੀ ਇਹ ਹੈ ਕਿ ਸਾਡੇ ਇਹ ਬਰਾਬਰ ਤੁਲਕੇ ਹੈਗੇ ਨੇ, ਇਹ ਮੈਂ ਮੰਨਦਾ ਹੈ। ਮੈਨੂੰ ਹਿੰਦੀ ਆਉਂਦੀ ਹੈ, ਜਿਹੜੇ ਸ਼ਹਿਰੀ ਬੰਦੇ ਨੇ ਉਹ ਗੀਤਾ ਵੀ ਪੜ੍ਹਦੇ ਨੇ, ਸਾਰਾ ਕੁਛ ਹਿੰਦੀ ਚ ਹੈ, ਔਰ ਉਹ ਆਮ ਲਿਖਣੀ ਲਿਖਾਉਣੀ ਹਿੰਦੀ ਚ ਬਹੁਤ ਕਰਦੇ ਨੇ। ਲੇਕਿਨ ਜਦੋਂ ਬੋਲੀ ਤੇ ਆਉਣ ਤੇ ਉਹਨਾਂ ਵਿੱਚ ਕੋਈ ਫਰਕ ਨੀ। ਮੰਗਤ ਰਾਮ, ਮਨੋਹਰ ਸਿੰਘ ਤੇ ਦੀਨ ਮੁਹੰਮਦ ਪਾਕਿਸਤਾਨ ਦੇ ਵਿੱਚ ਕੋਈ ਫਰਕ ਨੀ, ਅਸੀਂ ਬੋਲਦੇ ਕੀ ਜ਼ਬਾਨ ਹੈ। ਬਿਲਕੁਲ। ਸੋ ਇਹ ਬੜਾ ਕੰਟਰਡਿਕਸ਼ਨ ਜਿਹਾ ਪਿਆ ਹੋਇਆ, ਉਹਦੇ ਚੋਂ ਕਈ ਵਾਰ ਸਿਆਸੀ ਮਾਮਲੇ ਵੀ ਨਿਕਲਦੇ ਆ। ਹੁਣ ਛੋਟਾ ਪੰਜਾਬ ਬਣਾ ਕੇ ਇਹ ਘੱਟ ਗਿਆ ਹੈ, ਬਟ ਹਾਲੀ ਵੀ ਇਹਦੇ ਵਿੱਚ ਜੋ ਤੁਸੀਂ ਪੁੱਛ ਰਹੇ ਮੈਨੂੰ ਕਿ ਕਿਉਂ ਨੀ ਅਸੀਂ ਉਹਦੇ ਲਈ ਬੋਲਦੇ, ਉਹ ਮਮਤਾ ਬੋਲ ਸਕਦੀ ਕਿਉਂਕਿ ਉਹ ਵਾਹਦ ਇੱਕ ਹੀ ਜ਼ਬਾਨ ਹੈ, ਤੇ ਅਸੀਂ ਨਹੀਂ ਬੋਲ ਸਕਦੇ। ਸਟੈਲਿਨ ਬੋਲਦਾ ਕਿਉਂਕਿ ਵਾਹਦ ਇੱਕ ਜ਼ਬਾਨ ਹੈ, ਠੋਕ ਕੇ ਬੋਲਦਾ। ਉਹ ਕਹਿੰਦਾ ਕਿ ਅਸੀਂ ਦੋ ਜ਼ਬਾਨਾਂ ਹੀ ਪੜ੍ਹਾਂਗੇ, ਜਰਮਨ ਪੜ੍ਹਾਂਗੇ ਔਰ ਅੰਗਰੇਜ਼ੀ ਪੜ੍ਹਾਂਗੇ। ਅੰਗਰੇਜ਼ੀ ਸਾਨੂੰ ਦੁਨੀਆਂ ਚ ਲੋੜ ਹੈ, ਬਾਕੀ ਹਿੰਦੁਸਤਾਨ ਦੇ ਵਿੱਚ ਲੋੜ ਹੈ। ਨਹੀਂ, ਮੇਰਾ ਸਵਾਲ ਸਰ ਇਹ ਸੀਗਾ ਕਿ ਤੁਸੀਂ, ਤੁਹਾਨੂੰ ਤਾਂ ਸਾਹਿਤ ਅਕਾਦਮੀ ਲੁਧਿਆਣੇ ਵਾਲੀ ਦਿਸਦੀ ਹੈ, ਤੁਸੀਂ ਤਾਂ ਉੱਥੇ ਲੱਖਾਂ ਰੁਪਈਏ ਦੇ ਆਉਂਦੇ ਕਿ ਕਿਤਾਬਾਂ ਬੜੀਆਂ ਕੀਮਤੀ ਆ, ਇਹਦੇ ਲਈ ਸਪੇਸ ਬਣਾ ਲਓ, ਤੇ ਉਹਦਾ ਨਾਂ ਇੱਕ ਇੱਕ ਏਰੀਏ ਦਾ ਰੱਖ ਦਿੰਦੇ ਹੋ ਸ਼ਿਵ ਦੇ ਨਾਂ ਤੇ, ਦੂਜਾ ਸਾਹਿਰ ਦੇ ਨਾਂ ਤੇ ਰੱਖ ਦਿੰਦੇ ਹੋ ਲੁਧਿਆਣਵੀ ਦੇ ਨਾਂ ਤੇ। ਤੁਹਾਨੂੰ ਤਾਂ ਦਿਸਦਾ ਰਿਹਾ ਕਿ ਇਹ ਕਰਨ ਵਾਲੇ ਕੰਮ ਆ, ਤੇ ਤੁਹਾਡੇ ਜਾਣ ਤੋਂ ਬਾਅਦ ਭਾਸ਼ਾ ਵਿਭਾਗ ਵੀ ਮਰ ਗਿਆ, ਤੇ ਬਹੁਤੇ ਹੋਰ ਅਦਾਰੇ ਜਿਹੜੇ ਆ ਉਹ ਵੀ ਜੀਂਦੇ ਨੀ ਗੇ, ਸਾਹਬ ਰੋਲਦੇ ਆ। ਮੈਂ ਤਾਂ ਪੁੱਛਿਆ ਸੀ ਕਿ ਸਾਡੇ ਇਹਨਾਂ ਲੀਡਰਾਂ ਨੂੰ ਕੀ ਹੋ ਗਿਆ, ਇਸੇ ਮਿੱਟੀ ਤਾਂ ਖਾਂਦੇ, ਇਸੇ ਭਾਸ਼ਾ ਦੇ ਸਿਰ ਤੇ ਗਾਲ ਗਲੋਚ ਵੀ ਕਰਦੇ ਆ, ਤੇ ਡਾਂਗ ਵੀ ਫਿਰਦੇ ਆ ਲੋਕਾਂ ਨੂੰ, ਤੇ ਇਹਦੇ ਵੱਲ ਮੂੰਹ ਵੀ ਨੀ ਕਰਦੇ, ਪਿੱਠ ਕਰੀ ਰੱਖਦੇ। ਮੈਂ ਅੱਧੇ ਸੈਂਟੈਂਸ ਹੀ ਕਹਿ ਰਿਹਾ ਕਿ ਇਹਨਾਂ ਨੂੰ ਹੁਣ ਆਪਣੀ ਬੋਲੀ ਚ ਬੋਲੀ ਤੋਂ ਡਰ ਲੱਗਦਾ। ਹਾਂਜੀ, ਔਰ ਉਹ ਮੈਂ ਸਮਝਾ ਦਿੰਦਾ ਹੈ, ਲੈਂਗੁਏਜ ਡਿਪਾਰਟਮੈਂਟ ਮੈਨੂੰ ਵੀ ਨਹੀਂ ਸੀ ਪਤਾ, ਬੜਾ ਕਮਾਲ ਦਾ ਕੰਮ ਕੀਤਾ ਜੋ ਕੈਰੋ ਵੇਲੇ ਮੈਂ ਆਇਆ IAS ਚ, ਮੇਰਾ ਉਹਨਾਂ ਦੇ ਨਾਲ ਸੰਬੰਧ ਸੀ, ਮੈਂ ਐਜੂਕੇਸ਼ਨ ਸੈਕਟਰੀ ਵੀ ਸੀ, ਗਿਆਨੀ ਲਾਲ ਸਿੰਘ ਹੁੰਦਾ ਸੀ ਬੜਾ ਗ੍ਰੇਟ ਉਹਦਾ ਡਾਇਰੈਕਟਰ, ਤੇ ਉਹ ਸਭ ਕੀਤੇ ਸੀ। ਲੇਕਿਨ ਅੱਜ ਉਹ ਬਿਲਕੁਲ ਫਿਸ ਗਈ ਹੈ, ਔਰ ਉਹਦਾ ਫੰਡ ਵੀ ਬੰਦ ਕਰਤਾ ਸਾਰੀਆਂ ਸਰਕਾਰਾਂ ਨੇ, ਅਗਲੀ ਔਰ ਪਿਛਲੀ। ਹਾਂਜੀ, ਤੇ ਹਾਲਾਂਕਿ ਮੈਂ ਹੈਰਾਨ ਹੈ ਕਿ ਉਹ ਬਣਾਈ ਭੁਪਿੰਦਰਾ ਸਿੰਘ ਨੇ ਸੀ, ਹੁਣ ਮੈਨੂੰ ਕਿਸੇ ਨੇ ਸਮਝਾਇਆ। ਅੱਛਾ, ਮਹਾਰਾਜਾ ਭੁਪਿੰਦਰਾ ਸਿੰਘ ਨੇ ਸ਼ੁਰੂ ਕੀਤੀ ਸੀ, ਫਿਰ ਪੈਪਸੂ ਬਣ ਗਿਆ ਤੇ ਉਹਦਾ ਕੰਮ ਇਹਦੇ ਵਿੱਚ ਫਸ ਗਿਆ, ਫਿਰ ਉੱਥੇ ਲੈਂਗੁਏਜ ਡਿਪਾਰਟਮੈਂਟ ਬਣੀ ਭੁਪਿੰਦਰ ਪੈਪਸੂ ਚ, ਤੇ ਉਹਨੂੰ ਅਸੀਂ ਫਿਰ ਇਧਰ ਲੈ ਆਂਦਾ, ਪਰ ਹੁਣ ਉਹਦੀ ਕੋਈ ਆਸ ਨੀ ਕਰਦਾ। ਉਹੀ ਗੱਲ, ਆਪਣੀ ਬੋਲੀ ਤੋਂ ਆਪ ਹੀ ਡਰਦੇ ਨੇ ਕਿਉਂਕਿ ਅਸੀਂ ਪੋਲੀਟੀਕਲੀ ਵੰਡੇ ਹੋਏ ਹਾਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਸਰ। ਹੁਣ ਮੁੱਦੇ ਤੇ ਆਈਏ, ਮੈਨੂੰ ਇੰਝ ਲੱਗਦਾ ਹੈ ਕਿ ਅੱਜ ਦੇ ਦਿਨ ਜਦੋਂ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਹੈ, ਤੇ ਤੁਹਾਡੀ ਉਹ ਰਾਤ ਜਿਹੜੀ ਜਿਹਦੇ ਚ ਤੁਸੀਂ ਪਹਿਲੀ ਵਾਰੀ ਸ਼ਿਵ ਨੂੰ ਮਿਲਦੇ ਹੋ, ਇਹ ਬਤੌਰ IAS ਅਫਸਰ ਤੁਸੀਂ ਬਟਾਲੇ ਚ ਜਾਂਦੇ ਹੋ, ਤੇ ਉੱਥੇ ਪਟਵਾਰੀ ਲੱਗਿਆ, ਸ਼ਿਵ ਕੁਮਾਰ ਤੁਹਾਡੇ ਕੋਲ ਲੈ ਆਂਦਾ ਜਾਂਦਾ ਹੈ, ਉਹ ਕਿੱਸਾ ਸੁਣਾਓ ਤੇ ਫਿਰ ਅੱਗੇ ਤੁਰੀਏ। ਦੇਖੋ, ਜਿੱਦਣ ਕੈਨੇਡੀ ਨੂੰ ਮਾਰਿਆ 1964 ਵਿੱਚ ਗੋਲੀਬਾਰੀ ਹੈ, ਉਦੋਂ ਪਹਿਲੀ ਰਾਤ। ਅੱਛਾ, ਮੈਂ ਬਟਾਲੇ ਵਿੱਚ ਸੀ, ਉੱਥੇ ਕਿਸੇ ਮੀਟਿੰਗ ਤੇ ਗਿਆ ਸੀ ਸ਼ੂਗਰ ਮਿਲ ਦੀ, ਤੇ ਮੈਨੂੰ ਰਾਤ ਰਹਿਣਾ ਪੈ ਗਿਆ, ਤੇ ਇੱਕ ਨਿੱਕਾ ਜਿਹਾ ਰੈਸਟ ਹਾਊਸ ਸੀ ਦੋ ਕਮਰਿਆਂ ਦਾ, ਉੱਥੇ ਮੈਨੂੰ ਵੀਡੀਓ ਲੈ ਗਿਆ, ਤੇ ਮੈਂ ਦਾਲ ਰੋਟੀ ਢਾਬੇ ਤੋਂ ਮੰਗਾ ਕੇ ਤੇ ਖਾ ਕੇ ਤੇ ਉੱਥੇ ਸੌ ਜਾਣਾ ਸੀ। ਉਹਨੇ ਸੋਚਿਆ ਵੀ ਹੁਣ ਇਹ ਵਿਚਾਰਾ ਬੈਠਾ ਰਹੇਗਾ ਤੇ ਹੁਣ ਕਿਸ ਤਰ੍ਹਾਂ ਇੰਨੇ ਘੰਟੇ ਕੱਢੇਗਾ, ਤੇ ਉਹਨੇ ਕਿਹਾ ਜੀ ਸਾਡੇ ਇੱਕ ਮੁੰਡਾ ਹੈ ਪਟਵਾਰੀ ਹੈ,
ਬਹੁਤ ਸ਼ਾਨਦਾਰ ਲਿਖਦਾ ਹੈ, ਉਦੋਂ ਵੀ ਸ਼ਾਨਦਾਰ ਗਾਉਂਦਾ ਹੈ ਤੇ ਸੁਣੋਗੇ। ਮੈਨੂੰ ਇਹ ਸ਼ੌਕ ਸਦਾ ਹੀ ਰਹੇ ਨੇ ਜੀ, ਹਾਮੀ ਹੈ ਮੈਂ ਕਲਚਰ ਦਾ ਜਿੰਨਾ ਕੁ ਹੋ ਸਕਦਾ। ਤੇ ਮੈਂ ਕਿਹਾ ਯਾਰ ਲਿਆ, ਉਹ ਦਿਨ ਸ਼ਿਵ ਬਟਾਲ ਵੀ ਆ ਕੇ ਮੈਨੂੰ ਮਿਲਿਆ, ਜਦੋਂ ਇਹਨੂੰ ਪੰਜਾਬ ਹੀ ਨਹੀਂ ਸੀ ਜਾਣਦਾ, ਉੱਥੇ ਹੀ ਤੁਰਿਆ ਕਰਦਾ ਸੀ, ਕਦੀ ਸਕੂਲ ਚ ਪੜ੍ਹਾਉਂਦਾ ਸੀ ਤੇ ਉਹ ਸਕੂਲ ਚ ਹੁਣ ਮੈਂ ਜਾ ਕੇ ਪੈਸੇ ਦੇ ਕੇ ਇਹਦੇ ਨਾਂ ਦੇ ਕਮਰੇ ਪਾਏ ਤੇ ਨਾਲ ਲਿਖਿਆ ਕਿ 20ਵੀਂ ਸਦੀ ਦਾ ਪੰਜਾਬ ਪੰਜਾਬੀ ਦਾ ਸਭ ਤੋਂ ਵੱਡਾ ਸ਼ਾਇਰ ਸ਼ਿਵ ਬਟਾਲਵੀ ਇੱਥੇ ਪੜ੍ਹਾਉਂਦਾ ਰਿਹਾ ਹੈ। ਹਾਂਜੀ, ਉਹਦੇ ਸਾਥੀ ਜਿਹੜੇ ਨੇ ਉਹ ਅੱਜ ਵੀ ਉੱਥੇ ਜ਼ਿੰਦਾ ਨੇ, ਸਰਪੰਚ ਨੇ। ਇਸ ਤਰ੍ਹਾਂ ਹੀ ਮੈਂ ਕਿਹਾ ਯਾਰ ਉਹ 38 ਸਾਲ ਦੀ ਉਮਰ ਚ ਮਰ ਗਿਆ ਸੀ ਬਦਕਿਸਮਤੀ ਨਾਲ। ਹਾਂਜੀ, ਤੇ ਉਹ ਕਿੱਥੇ ਫੂਕਿਆ ਸੀ ਮੈਨੂੰ ਖਿਆਲ ਆਇਆ, ਮੈਨੂੰ ਕੋਈ ਪਤਾ ਨੀ। ਮੈਨੂੰ ਫਿਰ ਮੈਂ ਸੋਚਿਆ ਤੇ ਮੈਂ ਕਿਹਾ ਇਹ ਤੇ ਕਿਸੇ ਨੂੰ ਵੀ ਨੀ ਪਤਾ, ਚੀਫ ਮਿਨਿਸਟਰਾਂ ਨੂੰ ਪੁੱਛ ਲਓ, ਮਿਨਿਸਟਰਾਂ ਨੂੰ ਪੁੱਛ ਲਓ, ਆਈ ਐਸ ਨੂੰ ਤਾਂ ਮਤਲਬ ਹੀ ਕੋਈ ਨੀ ਪੁੱਛਣ ਦਾ। ਹਾਂਜੀ, ਤੇ ਉਹ ਤੇ ਕਿਸੇ ਨੂੰ ਨੀ ਪਤਾ। ਤੇ ਲਾਨਤ ਹੈ ਕਿ ਐਡਾ ਵੱਡਾ ਸ਼ਾਇਰ ਜਿਹਨੂੰ ਮੈਂ ਕਹਿੰਦਾ ਹੈ ਕਿ ਸ਼ਾਹ ਮੁਹੰਮਦ ਔਰ ਆਪਣੇ ਜਿੰਨੇ ਵਾਰਿਸ ਸ਼ਾਹ ਵਗੈਰਾ ਉਹਨਾਂ ਦੇ ਬਰਾਬਰ ਖੜਾ ਔਰ ਬਲਕਿ ਅੱਗੇ ਖੜਾ ਹੈ, ਔਰ ਅਗਲੀ ਸਦੀ ਚ ਵੀ ਇਹਨੂੰ ਯਾਦ ਕਰਨਗੇ, ਇਸ ਸਦੀ ਚ ਵੀ 70 ਸਾਲ ਨੂੰ ਜੋ ਸਾਰੇ ਅਸੀਂ ਮਰ ਗਏ ਤੇ ਸ਼ੇਰ ਦਾ ਪੁੱਛਿਆ ਕਰਨਗੇ ਤੇ ਲੋਕੀ ਕਹਿਣਗੇ ਵੀ ਉਹਨੂੰ ਫੂਕਿਆ ਕਿੱਥੇ ਸੀ। ਮੈਂ ਵੀ ਉਹ ਲੱਭਿਆ ਪਠਾਨਕੋਟ ਦੇ ਅੱਗੇ ਜਾ ਕੇ ਸੁੱਕੀਆਂ ਪਹਾੜੀਆਂ ਨੇ, ਤੁਹਾਨੂੰ ਪਤਾ ਸ਼ਿਵਾਲਿਕ, ਤੇ ਉਹਨਾਂ ਦੇ ਵਿੱਚ ਇੱਕ ਬਹੁਤ ਹੀ ਗਰੀਬ ਪਿੰਡ ਹੈ ਮੰਗਿਆਲ, ਦੇਖੋ ਮੇਰੇ ਦਿਲ ਤੇ ਲਿਖਿਆ ਹੋਇਆ, ਹੁਣ ਯਾਦ ਮੈਨੂੰ ਕਿੱਥੋਂ ਆਉਣੀਆਂ, ਕਿਸੇ ਨੂੰ ਆਉਂਦੀਆਂ, ਕਿਸੇ ਨੂੰ ਪੁੱਛ ਲਓ ਪੰਜਾਬ ਚ, ਮੰਗਿਆਲ। ਉੱਥੇ ਉਹਦਾ ਉੱਥੇ ਉਹਦੇ ਸਹੁਰੇ ਸੀ ਵਿਚਾਰੇ ਦੇ, ਜਦੋਂ ਆਖਰੀ ਉਹਨੂੰ ਅੱਗ ਲੱਗੀ ਤੇ ਉਹ ਭੱਜ ਕੇ ਜੀ ਭੈਣਾ ਉੱਥੇ ਚਲੇ ਗਿਆ। ਕਿਸੇ ਨੇ ਪੰਜਾਬ ਗਵਰਨਮੈਂਟ ਚ ਉਹਨੂੰ PGI ਇਹ ਉਹਦੇ ਇਲਾਜ ਹੁੰਦੇ ਤੇ ਹੋਰ 2-4 ਸਾਲ ਕੱਢ ਜਾਂਦਾ ਜੇ ਜ਼ਿਆਦਾ ਨਹੀਂ ਤੇ, ਪਰ ਨਹੀਂ ਹੋਇਆ। ਤੇ ਉੱਥੇ ਉਹ ਚਲੇ ਗਿਆ ਆਪਣੇ ਸਾਲੇ ਕੋਲ, ਉਹ ਅੱਜ ਵੀ ਹੈਗਾ, ਮੈਂ ਉਹਦੇ ਨਾਲ ਗੱਲ ਕਰਦਾ, ਮੈਂ ਟੈਲੀਫੋਨ ਰੱਖੇ ਆ। ਤੇ ਉੱਥੇ ਜਾ ਕੇ ਉਹਨਾਂ ਨੇ 2 ਦਿਨਾਂ ਬਾਅਦ ਫੂਕਤਾ, ਤੇ ਪਿੰਡ ਦੀ ਜੋ ਵੀ ਮੜੀ ਹੈਗੀ ਸੀ ਮਾੜੀ ਜਿਹੀ ਪੱਥਰਾਂ ਦੇ ਵਿੱਚ ਉੱਥੇ ਫੂਕਤਾ। ਮੈਂ ਫਿਰ ਉਹ ਲੱਭੀ, ਫਿਰ ਮੈਂ 8-10 ਲੱਖ ਰੁਪਈਏ ਦਿੱਤੇ, ਮੈਂ ਕਿਹਾ ਇਹਦੇ ਉੱਤੇ ਐਕਸੀਜਨ ਕੱਢ ਕੇ ਜਾਂ ਇੰਜੀਨੀਅਰ ਕੱਢ ਕੇ SDO ਕੱਢ ਕੇ, ਮੈਂ ਕਿਹਾ ਯਾਰ ਇਹ ਸੇਵਾ ਹੈ, ਸੇਵਾ ਹੈ। ਉਹ ਮੈਂ ਉੱਤੇ ਖੜੋ ਕੇ ਕਰਵਾਈ, ਉਹ ਪੂਰੇ ਸ਼ੈਡ ਸ਼ੁੱਡ ਪਵਾਏ, ਉਹਦੇ ਸੰਗ ਬਰਬਰ ਲਾਈ, ਉਹਦੇ ਚ ਵੱਡਾ ਉਹਦਾ ਫੱਟਾ ਲਵਾਇਆ ਇਹੋ ਹੀ ਕਿ ਬਈ ਪੰਜਾਬ ਦਾ 20ਵੀਂ ਸਦੀ ਦਾ ਪੰਜਾਬੀ ਦਾ ਇੱਧਰ ਜਾਂ ਉੱਧਰ ਬੋਲੀ ਰਾਈਟ ਅਪ ਟੂ ਰਾਹੁਲ ਪਿੰਡੀ ਜੀ, ਯਾਦ ਰੱਖਿਓ। ਤੇ ਇਹ ਪੰਜਾਬੀ ਦਾ ਇਹ ਜਿਹੜਾ ਸ਼ਾਇਰ ਹੈ ਇੱਥੇ ਅਖੀਰ ਚ ਸੰਸਕਾਰ ਕੀਤਾ ਸੀ। ਮੈਂ ਕਿਹਾ ਚਲੋ ਮੈਂ ਨਿਸ਼ਾਨੀ ਤੇ ਬਣਾਵਾ, ਮੈਂ ਬਣਾਈ ਜੀ। ਅੱਛਾ, ਇਹਨੂੰ ਮੈਂ ਚਲੋ ਤੁਸੀਂ ਮੈਨੂੰ ਪੁੱਛਿਆ ਕਿ ਕਿੱਦਣ ਤੁਸੀਂ ਸੁਣਿਆ ਸੀ, ਉਹ ਤੇ ਬਟਾਲੇ ਸੁਣਿਆ, ਪਰ ਹੈਰਾਨੀ ਦੀ ਗੱਲ ਤੁਹਾਨੂੰ ਦੱਸਾਂ, ਇੱਕ ਜਗ੍ਹਾ ਹੋਰ ਵੀ ਮੈਂ ਇਹਨੂੰ ਸੁਣਿਆ। ਤੁਸੀਂ ਪਾਕਪਟਨ ਗਏ ਪਾਕਿਸਤਾਨ ਚ? ਹਾਂ, ਮੈਂ ਗਿਆ ਪਾਕਪਟਨ ਪਾਕਿਸਤਾਨ। ਮੈਂ ਕਿਹਾ ਮੈਂ ਸ਼ੇਖ ਫਰੀਦ ਨੂੰ, ਬਾਬਾ ਫਰੀਦ ਨੂੰ ਮੈਂ ਮੱਥਾ ਟੇਕ ਕੇ ਆਉਣਾ। ਗ੍ਰੰਥ ਸਾਹਿਬ ਦੇ ਵਿੱਚ ਅਸੀਂ ਪੜ੍ਹਦੇ ਹੀ ਫਰੀਦ ਹੈ ਤੇ ਕਬੀਰ ਹੈ, ਬਾਕੀ ਅਸੀਂ ਬਾਅਦ ਵਿੱਚ ਕਦੀ ਕਦੀ ਪੜ੍ਹ ਲੈਂਦੇ, ਉਹ ਗ੍ਰੰਥ ਹੀ ਪੜ੍ਹਦੇ ਨੇ, ਪਰ ਜਦੋਂ ਕੋਈ ਮਰ ਜੇ ਕੋਈ ਚੀਜ਼ ਹੋਏ ਉਹ ਪੜ੍ਹਦੇ ਤੇ ਫਰੀਦ ਔਰ ਕਬੀਰ ਹੀ ਆ, ਹੋਰ ਕੀ ਕਰਦੇ ਆ। ਤੇ ਮੈਂ ਕਿਹਾ ਯਾਰ ਮੈਂ ਬਾਬਾ ਫਰੀਦ ਦੇ ਹੋਵਾਂ, ਮੈਂ ਪਾਕਿਸਤਾਨ ਜਾਂਦਾ ਆਉਂਦਾ ਸੀ, ਹੁਣ ਜ਼ਰਾ ਦੇਰ ਹੋ ਗਈ ਹੈ, ਤੇ ਮੈਂ ਕਿਹਾ ਵੀ ਮੈਨੂੰ ਲੈ ਚੱਲੋ ਉੱਥੇ। ਕੱਲੇ ਹੀ ਅਸੀਂ ਮੀਆਂ ਬੀਵੀ ਤੇ ਕੁੜੀ ਮੇਰੀ ਨਾਲ ਛੋਟੀ ਤੇ ਇੱਕ ਇੱਕ ਲੋਕਲ ਆਪਣਾ ਖਾਨ ਤੇ ਡਰਾਈਵਰ ਜੀ, ਤੇ ਬਸ ਮੈਂ ਨੀ ਕਾਰਦਾ ਗੁਰਦਾ ਲਈਆਂ ਕਦੀ ਨਹੀਂ, ਮੈਨੂੰ ਉਹ ਇਸ ਤਰ੍ਹਾਂ ਹੀ ਲੱਗਦਾ ਜੀ ਕੋਈ ਅੰਮ੍ਰਿਤਸਰ ਹੈ ਤਰਨ ਤਾਰਨ। ਬਿਲਕੁਲ ਬਿਲਕੁਲ, ਅਸੀਂ ਉੱਥੇ ਗਏ, DC ਦੇ ਘਰ ਰਹੇ ਜੀ, ਤੇ ਵੱਡੇ ਝੰਡੇ ਲੱਗੇ ਬਾਹਰ, ਗਾਰਦਾਂ ਖੜੀਆਂ, ਤੇ ਮੈਂ ਬਾਬਾ ਫਰੀਦ ਦੇ ਗਿਆ ਉੱਥੇ ਮੱਥਾ ਮੁੱਥਾ ਟੇਕਿਆ, ਉੱਥੇ ਮੈਂ ਕਵਾਲੀ ਸੁਣੀ, ਸਭ ਕੁਛ ਕੀਤਾ ਜੀ। ਹਾਂਜੀ, ਤੇ ਉਹਦੇ ਬਾਅਦ ਰਾਤ ਨੂੰ ਬੈਠੇ ਸੀ ਤੇ ਉਹਨੇ ਕਿਹਾ ਜੀ ਹੁਣ ਕੋਈ ਗਾਣਾ ਬਜਾਣਾ ਵੀ ਤੁਹਾਨੂੰ ਸਹੀ ਹੈ। DC ਵੀ ਯੰਗ ਸੀ 30, ਤੇ ਉਹਨੇ ਕਿਹਾ ਜੀ ਸਾਡਾ ਇੱਕ ਮੁੰਡਾ ਹੈ ਪਿੰਡ ਦਾ ਜੱਟਾਂ ਦਾ, ਉਹ ਰਮੀਜ਼ ਉਹਦਾ ਨਾਂ ਹੈ, ਉਹ ਹਾਦਤ ਰਮੀਜ਼ ਜੀ, ਉਹ ਬਹੁਤ ਗਾਉਂਦਾ ਹੈ ਅੱਜ, ਔਰ ਉਹਨੂੰ ਬੁਲਾਈਏ ਸੁਣੋਗੇ? ਮੈਂ ਕਿਹਾ ਯਾਰ ਸੁਣਾਂਗੇ। ਉਹ ਆ ਗਿਆ, ਉਹ ਐਸਾ ਗਾਉਂਦਾ ਇੱਥੇ ਇੰਡੀਆ ਆ ਕੇ, ਉਹ ਮਨਮੋਹਨ ਸਿੰਘ ਹੋਰਾਂ ਦੇ ਸਾਹਮਣੇ ਸ਼ੀਲਾ ਦੀਕਸ਼ਿਤ ਦੇ ਵੀ ਗਾ ਚੁੱਕਾ ਸੀ, ਉਹ ਮਸ਼ਹੂਰ ਹੈ। ਅੱਛਾ, ਸਬ ਕੰਟੀਨੈਂਟ ਵਿੱਚ, ਕਿਉਂਕਿ ਸਾਡਾ ਗਾਣਾ ਬਜਾਣਾ ਤੇ ਇੱਕ ਹੀ ਹੈ ਨਾ, ਬਾਉਂਡਰੀਆਂ ਤੇ ਐਵੇਂ ਬਕਵਾਸ ਹੈ। ਬਿਲਕੁਲ,
ਸਾਡਾ ਰਹਿਣੀ ਬਹਿਣੀ ਕੱਪੜੇ ਖਾਣਾ ਪੀਣਾ ਗਾਲੀ ਕੱਢਣੀ ਤੇ ਗਾਣਾ ਵਜਾਣਾ ਤੇ ਕੀ ਹੈ ਬਿਲਕੁਲ। ਸੋ ਉਹ ਆ ਕੇ ਇੱਥੇ ਗਾ ਗਿਆ ਸੀ ਤੇ ਕਹਿੰਦੇ ਜੀ ਸੁਣੋਗੇ, ਮੈਂ ਕਿਹਾ ਸੁਣਾਂਗੇ। ਉਹਨੇ ਜੀ ਦੋ ਤਿੰਨ ਘੰਟੇ 12 ਵੱਜ ਗਏ, ਅਸੀਂ ਰੋਟੀ ਨੀ ਖਾਧੀ, ਹਾਂਜੀ, ਤੇ ਸੁਣਦੇ ਰਹੇ। ਅਖੀਰ ਚ ਉਹ ਮੈਨੂੰ ਕਹਿੰਦਾ ਕਿ ਜੀ ਕੋਈ ਹੋਰ ਸੁਣਨਾ ਚਾਹੋਗੇ? ਅੱਛਾ। ਮੈਂ ਵੀ ਦਿਲ ਚ ਮੇਰੇ ਆਇਆ, ਮੈਂ ਕਿਹਾ ਯਾਰ ਸ਼ਿਵ ਬਟਾਲ ਵੀ ਸੁਣਾ ਦੇ। ਮੈਂ ਕਿਹਾ ਵੀ ਇਹਨੂੰ ਕਿੱਥੇ ਪਤਾ ਹੋਣਾ ਇੱਥੇ ਬੈਠੇ ਨੂੰ। ਬਿਲਕੁਲ, ਸ਼ਿਵ ਬਟਾਲ ਵੀ ਅਸੀਂ ਮਸ਼ਹੂਰ ਸਮਝਦੇ ਹਾਂ, ਸਾਡੇ ਚੋਂ ਕੁਛ ਲੋਕ ਸਮਝਦੇ ਆ, ਤੇ ਏਦਾਂ ਫਿਲਮ ਸਟਾਰ ਹੋ ਸ਼ਿਵ ਬਟਾਲ ਵੀ ਆਫਟਰ ਆਲ ਆਪਣਾ ਉਹ ਐਕਟਰ ਤਾਂ ਨਹੀਂ ਹੈ, ਰਾਜੇਸ਼ ਖੰਨਾ ਜਾਂ ਕੋਈ। ਉਹ ਕਹਿੰਦਾ ਜੀ ਸੁਣ ਲਓ। ਉਹਨੇ ਮੈਨੂੰ ਸਾਰਾ ਸ਼ਿਵ ਬਟਾਲ ਵੀ ਸੁਣਾ ਤਾ, ਸ਼ਿਕਰਾ ਵੀ ਸੁਣਾ ਤਾ, ਅਸਾਂ ਤੇ ਜੋਬਨ ਰੁੱਤੇ ਮਰਨਾ, ਹੋਰ ਸਾਰੇ ਹੀ ਕੋਈ ਚੀਜ਼ ਛੱਡੀ ਨੀ। ਵਹਾਦਤ ਰਮੀਜ਼ ਨੇ, ਵਹਾਦਤ ਰਮੀਜ਼ ਪਤਾ ਕਰ ਲੋ ਗੂਗਲ ਤੇ, ਤੁਹਾਨੂੰ ਪਤਾ ਲੱਗੇਗਾ ਕੌਣ ਹੈ ਬੰਦਾ। ਅੱਜ ਤੇ ਉਹ 35 ਸਾਲ ਦਾ ਹੈ, ਬਹੁਤ ਹੀ ਗ੍ਰੇਟ ਕਲਾਸੀਕਲ ਸਿੰਗਰ ਹੈ। ਤੁਹਾਨੂੰ ਪਤਾ ਪਾਰਟੀਸ਼ਨ ਤੋਂ ਪਹਿਲੇ ਜ਼ਿਆਦਾ ਤੇ ਮੁਸਲਮਾਨ ਹੀ ਹੁੰਦੇ ਸੀ ਇੱਧਰ, ਪਟਿਆਲਾ ਘਰਾਣਾ ਯੇ ਵੋ। ਮੈਂ ਕਰਾਹਾ ਪਟਿਆਲਾ, ਹਾਂ ਸਾਰੇ ਘਰਾਣੇ ਉਹਨਾਂ ਦੇ ਸੀ। ਉਹ ਰਾਜੇ ਉਹਨਾਂ ਨੂੰ ਨੇੜੇ ਰੱਖਦੇ ਸੀ, ਸੁਣਦੇ ਸੀ ਸ਼ੌਕ ਨਾਲ। ਸੋ ਉਹ ਵਹਾਦਤ ਰਮੀਜ਼ ਪਤਾ ਕਰ ਲੈਣਾ ਗੂਗਲ ਤੇ, ਉਹ ਮੰਨਿਆ ਪਰ ਮੰਨਿਆ। ਉਹਨੇ ਮੈਨੂੰ, ਮੈਂ ਦਿਲ ਸੋਚਿਆ, ਮੈਂ ਕਿਹਾ ਮਨਾ ਕਿ ਕਿਆ ਲਕੀਰਾਂ ਵਾਹੀਆਂ ਨੇ ਰੈਡਕਲਿਫ ਨੇ, ਵੀ ਇੱਥੇ ਮੈਂ ਪੱਗ ਬੱਧੀ ਹੋਈ ਹੈ ਤੇ ਮੈਂ DC ਦੇ ਘਰ ਬੈਠਾ, ਇੱਡਾ ਵੱਡਾ ਪਾਕਿਸਤਾਨ ਦਾ ਝੰਡਾ ਲੱਗਾ ਬਾਹਰ, ਮਸ਼ੀਨ ਗੰਨਾਂ ਵਾਲੇ 10 ਆਦਮੀ ਖੜੋਤੇ 6-6 ਫੁੱਟ ਦੇ, ਹਾਂਜੀ, ਮੇਰੀ ਵਾਈਫ ਕਵੇ ਕਿ ਸਾਰਾ ਸ਼ੀਸ਼ਾ ਡਰ ਲੱਗਦਾ। ਉਹ ਮੈਂ ਕਿਹਾ ਇਹ ਸਾਨੂੰ ਨੀ ਕੋਈ ਅੰਦਰ ਮਾਰਨ ਆ ਰਿਹਾ, ਉਹ ਕਹੇ ਕਿ ਸਾਰੇ ਸ਼ੀਸ਼ੇ ਨੇ ਬਾਰੀਆਂ ਲਾਈਆਂ ਹੀ ਨੀ, ਫੈਸ਼ਨ ਕਰ ਦਿੱਤਾ। ਮੈਂ ਕਿਹਾ ਕੋਈ ਨੀ ਕੁਛ ਨੀ, ਤੇ ਇੱਥੇ ਮੈਂ ਬੈਠਾ ਹੈ ਇਹਨਾਂ ਦੇ DC ਕੋਲ ਬੈਠਾ ਹੈ। ਰੈਡਕਲਿਫ ਦੀ ਕੀ ਹੋ ਚੁੱਕਾ, ਅੰਗਰੇਜ਼ ਸੋਚਦੇ ਹੋਣੇ ਪਤਾ ਨੀ ਇਹਨਾਂ ਦਾ ਕੀ ਆਇਆ, ਤੇ ਮੈਂ ਇੱਥੇ ਇਹਦੇ ਕੋਲੋਂ ਗ੍ਰੰਥ ਸਾਹਿਬ ਦੇ ਪਾਠ ਵੀ ਸੁਣ ਰਿਹਾ, ਕੀਰਤਨ, ਤੇ ਸ਼ਿਵ ਬਟਾਲਵੀ ਵੀ ਸੁਣ ਰਿਹਾ, ਤੇ ਉਲਟੀ ਗੰਗਾ ਨੀ ਜੀ, ਉਲਟੀ ਗੰਗਾ ਇੱਕ ਪਿਕਚਰ ਬਣੀ ਸੀ 1940 ਚ ਪਾਕਿਸਤਾਨ ਚ, ਆਪਣੇ ਪੁਰਾਣੇ ਪੰਜਾਬ ਚ, ਬੜੀ ਮਸ਼ਹੂਰ ਸੀ ਮੇਰੇ ਪਿਤਾ ਵੇਲੇ, ਤੁਸੀਂ ਪੁੱਛ ਲਿਓ ਕਿਸੇ ਸਿਆਣੇ ਨੂੰ, ਕਰਨਲ ਸਾਹਿਬ, ਕਰਨਲ ਸਾਹਿਬ ਦੇ ਵੇਲੇ। ਜਦੋਂ ਮੈਂ ਹੁਣ ਦੀਆਂ ਖਬਰਾਂ ਦੇਖਦਾ, ਮੈਨੂੰ ਯਾਦ ਹੈ ਕਿ ਅਸੀਂ ਅਜੇ ਉਮਰ ਦੇ ਚੜ੍ਹਦੇ ਪੜਾਅ ਚ ਸੀ, ਕਰਨਲ ਪ੍ਰਤਾਪ ਸਿੰਘ ਹੋਰਾਂ ਦੇ ਲੇਖ ਬਹੁਤ ਸ਼ਾਨਦਾਰ ਹੁੰਦੇ ਸੀ, ਬਹੁਤ ਲਿਖਦੇ ਸੀ, ਆਉਂਦੇ ਸੀ। ਤੇ ਸੋ ਇਹ ਗੱਲ ਹੈ, ਮੈਂ ਕਿਹਾ ਵੀ ਇਹ ਤਾਂ ਉਲਟੀ ਗੰਗਾ ਹੈ, ਉਲਟੀ ਗੰਗਾ। ਅੱਛਾ, ਉਲਟੀ ਗੰਗਾ ਦੀ ਤੈਨੂੰ ਕਹਾਣੀ ਸੁਣਾ ਦਿਆਂ, ਹੁਣ ਮੈਂ ਇੱਧਰ ਉੱਧਰ ਦੀਆਂ ਕਰ ਰਿਹਾ, ਸੁਣਾ ਦਿਓ। ਮੇਰੇ ਪਿਤਾ ਜੀ ਮੇਜਰ ਸੀ, ਪੂਨੇ ਸੀ, ਤੇ ਉਹਨਾਂ ਦੇ ਆਪਣੇ ਬਾਪੂ ਜੀ ਵੀ ਆਏ ਸੀ, ਤੇ ਉਹਨਾਂ ਦੀ ਭੈਣ ਦਾ ਸਹੁਰਾ ਵੀ ਆਇਆ ਸੀ, ਗੰਗਾ ਸਿੰਘ। ਅੱਛਾ। ਤੇ ਸਾਧੂ ਸਿੰਘ ਤੇ ਗੰਗਾ ਸਿੰਘ ਬੈਠੇ ਸੀ ਉਹਨਾਂ ਦੇ ਨਾਲ, ਸਿਨੇਮਾ ਵੇਖਣ ਲੈ ਗਏ, ਉਹਨਾਂ ਨੇ ਕਦੀ ਸਿਨੇਮਾ ਵੇਖਿਆ ਨਹੀਂ ਸੀ। ਅੱਛਾ। ਤੇ ਉਲਟੀ ਗੰਗਾ ਲੱਗੀ ਸੀ, ਕੁੜੀ ਨੱਚਦੀ ਫਿਰਦੀ ਸੀ, ਤੇ ਉਹ ਜਿਹੜਾ ਮੁੰਡਾ ਸੀ ਉਹ ਇੱਧਰ ਉੱਧਰ ਝਾੜੀਆਂ ਦੇ ਵਿੱਚ ਤੁਰਿਆ ਫਿਰਦੇ ਸੀ, ਤੁਹਾਨੂੰ ਪਤਾ ਕਿਹੋ ਜਿਹੀਆਂ ਫਿਲਮਾਂ ਹੁੰਦੀਆਂ ਸੀ, ਬਿਲਕੁਲ, ਅੱਜ ਵੀ ਹੈਗੀਆਂ। ਤੇ ਉਹ ਅਖੀਰ ਕੁੜੀ ਉਹਦੇ ਨਾਲ ਭੱਜ ਗਈ, ਤੇ ਉਹ ਦੋਵੇਂ ਬਜ਼ੁਰਗ ਕਹਿ ਉੱਚੀ ਉੱਚੀ ਰੌਲਾ ਪਾਉਣ ਡੇ, ਉਹ ਕਹਿੰਦੇ ਉਹ ਰਸਾਲਦਾਰ ਜੀ ਉਹ ਵੇਖੋ ਕੁੜੀ ਨੂੰ ਲੈ ਕੇ ਭੱਜ ਗਿਆ। ਕਰਨਲ ਪ੍ਰਤਾਪ ਸਿੰਘ ਲੁਕਦੇ ਫਿਰਨ ਕੇ ਸਾਰਾ ਹੌਲ ਉੱਠ ਕੇ ਕਹੇਗਾ ਵੀ ਇਹ ਕਿੱਥੋਂ ਆਏ, ਇਹ ਹੋਇਆ ਸਾਡੇ ਨਾਲ, ਕਹਿੰਦੇ ਰਸਾਲਦਾਰ ਜੀ ਉਹ ਦੇਖੋ ਸਾਹਮਣੇ ਕੁੜੀ ਕੱਢ ਕੇ ਲੈ ਗਿਆ। ਕਮਾਲ ਕਮਾਲ। ਅੱਛਾ, ਵੈਸੇ ਕਿੰਨੀ ਸਧਾਰਨਤਾ ਸੀ ਤੇ ਕਿੰਨਾ ਨਿਰਲਸ਼ਪਣਾ ਸੀਗਾ ਕਿ ਕੁਛ ਇੰਨਾ ਭੋਲਾਪਣ, ਕਮਾਲ ਹੈ ਸਾਡੇ ਲੋਕ ਹੈ। ਉਹ ਲੋਕ ਵੀ ਹੈਗੇ ਸੀ, ਤਾਂਹੀ ਉਸ ਵੇਲੇ ਅੱਜ ਕੱਲ ਆਪਣੇ ਵਟਸਐਪ ਤੇ ਪਾਕਿਸਤਾਨ ਤੋਂ ਇੱਧਰ ਆਉਂਦੇ ਰਹਿੰਦੇ, ਨਾ ਉਹ ਗੱਲਾਂ ਰਹੀਆਂ, ਨਾ ਬਾਤਾਂ ਰਹੀਆਂ, ਨਾ ਉਹ ਚੂਰੀ ਰਹੀ ਮਾਂ ਵੀ, ਨਾ ਉਹ ਤੁਸੀਂ ਵੀ ਸੁਣੇ ਹੋਣੇ ਵਟਸਐਪ ਚ ਕਦੀ, ਮੈਂ ਤੇ ਸੁਣਦਾ ਹੀ ਰਹਿੰਦਾ। ਸੋ ਉਹ ਬੰਦੇ ਹੋਰ ਸੀ, ਦੇਸੀ ਘਿਓ ਖਾਂਦੇ ਸੀ, ਹਲ ਵਾਹੁੰਦੇ ਸੀ 2 ਏਕੜ ਸਵੇਰੇ ਉੱਠ ਕੇ, ਤੇ ਫੇਰ ਰੋਟੀ ਖਾਂਦੇ ਸੀ, ਘਰ ਵਾਲੀ ਲੈ ਕੇ ਆਉਂਦੀ ਸੀ ਪਹਿਆਂ ਦੇ ਵਿੱਚ, ਹਾਂਜੀ, ਉੱਥੇ ਸਿਆੜ ਦੇ ਉੱਤੇ ਬੈਠ ਕੇ ਖਾਣੀ ਤੇ ਲੱਸੀ ਪੀਣੀ ਗੜਵੀ। ਸੋ ਜ਼ਮਾਨਾ ਸੀ, ਨਾ ਬਹੁਤੇ ਪੈਸੇ ਸੀ, ਨਾ ਬਹੁਤੇ ਫਿਕਰ ਸੀ, ਨਾ ਕੋਈ ਬਿਮਾਰੀ ਸੀਗੀ, ਨਰੋਏ ਹੱਕ ਸੀ। ਦੇਖੋ ਜਿਹੜੀ ਪੈਸੇ ਦੀ ਅਮੀਰੀ ਆ ਉਹ ਤੇ ਪਛਾਣਦੇ ਹੀ ਨਹੀਂ ਸੀ, ਸਾਡਾ ਧਰਮ ਨਹੀਂ ਪਛਾਣਦਾ। ਜੀ, ਮੈਂ ਇਸੇ ਕਰਕੇ ਇੱਕ ਗੱਲ ਆਖਰੀ ਤੈਨੂੰ ਕਹਿ ਦਿਆਂ, ਕਿਉਂਕਿ ਮੈਂ ਪ੍ਰੋਪੇਗੰਡਾ ਵੀ ਕਰਨਾ ਹੈ। ਜੀ, ਹਾਂਜੀ, ਕਿਤੇ ਕਿ ਉਸ ਵੇਲੇ ਦਾ ਔਰ
ਅੱਜ ਦਾ ਕੀ ਮੁਸੀਬਤ ਪਈ ਆ। ਸਾਡੇ ਮੁੰਡੇ ਵੀ ਆ ਕੇ ਇੱਥੇ 5 ਮਹੀਨੇ ਦੇ ਬੈਠੇ ਹੋਏ ਆ ਬਾਰਡਰ ਤੇ, ਤੇ ਇੱਥੇ ਹੀ ਬੈਠੇ ਰਹਿਣਾ ਪਤਾ ਨੀ 10 ਮਹੀਨੇ, ਕਿਉਂਕਿ ਉਧਰ ਵੀ ਸਿੱਧੀ ਤੇ ਇੱਧਰ ਵੀ ਸਿੱਧੀ ਤੇ ਜੋ ਕੁਛ ਹੋ ਰਿਹਾ। ਪਰ ਮੇਰੇ ਦਿਲ ਚ ਇੱਕ ਖਿਆਲ ਆਉਂਦਾ ਹੈ, ਮੈਂ ਧਾਰਮਿਕ ਆਦਮੀ ਨਹੀਂ ਗਾ ਬਹੁਤ ਘੱਟ, ਪਰ ਧਰਮ ਮੈਂ ਜਿੰਨਾ ਕੁ ਪੜ੍ਹ ਸਕਦਾ ਜਾਂ ਸਮਝ ਸਕਦਾ ਸਮਝਿਆ ਹੋਇਆ ਕਿ ਜਿਹੜੀ ਪੰਜਾਬ ਦੀ ਇਕਨੋਮਿਕ ਹਾਲਤ ਹੈ, ਪੰਜਾਬ ਦੀ ਗਰੀਬੀ ਵੀ ਆ ਤੇ ਇਕਨੋਮਿਕ ਹਾਲਤ ਹੈ, ਕਿਉਂਕਿ ਸਾਰੇ 2 ਏਕੜ ਤੇ ਆ ਗਏ। ਮੈਂ 2 ਏਕੜ ਵਾਲਾ ਹੈ, ਮੈਂ ਫਖਰ ਨਾਲ ਕਹਿੰਦਾ ਮੈਂ ਦੂਜੇ ਪੰਜਾਬ ਨੂੰ, ਔਰ ਉਹ ਵੀ ਮੇਰੇ ਚਲੇ ਗਏ, ਤਾਂ ਹੀ ਮੈਂ ਕਹਿੰਦਾ ਹੁੰਦਾ ਸੀ ਕਿ ਨਾ ਮੇਰਾ 1 ਏਕੜ ਹੈ ਪੰਜਾਬ ਚ, ਨਾ ਮੇਰਾ 1 ਇੱਟ ਹੈ, ਘਰ ਵੀ ਸਾਡੇ ਤੇ ਹੈਗੇ ਦੀਨਪੁਰ ਚ, ਹਾਂਜੀ, ਪਰ ਦਿਲ ਆਪਣਾ ਉੱਥੇ ਹੈਗਾ, ਉਹ ਨਾਲ ਹੈ ਲੋਕਾਂ ਦੇ ਜਿੰਨਾ ਕੁ ਹੋ ਸਕਦਾ। ਤੇ ਮੈਨੂੰ ਇੱਕ ਗੱਲ ਅੱਜ ਖਿਆਲ ਆਉਂਦਾ, ਮੈਂ ਕਹਿ ਦਿਆਂ ਤੁਹਾਡੇ ਚੈਨਲ ਰਾਹੀਂ ਪਬਲਿਕ ਨੂੰ ਕਿ ਬਈ ਇਹ ਜੋ ਵੀ ਪੁਆੜਾ ਪਿਆ ਹੈ 2 ਏਕੜ ਤੇ ਹੁਣ 1-1 ਏਕੜ ਹੋ ਜਾਣਾ। ਮੇਰੇ ਭਤੀਜੇ ਨੇ, ਉਹਨਾਂ ਕੋਲ 1-1 ਏਕੜ ਹੈ ਜੀ, ਤਾਏ ਦੇ ਮੁੰਡੇ, ਤੇ ਕੀ ਬਣੇਗਾ? ਅਸੀਂ ਸ਼ਿਵਪੁਰੀ ਭੱਜ ਕੇ ਚਲੇ ਗਏ, ਮੇਰੇ ਪਿਤਾ ਨੇ ਸਾਰਾ ਟੱਬਰ ਖੜ ਕੇ ਤੇ ਉੱਥੇ ਜੰਗਲ ਲੈ ਕੇ, ਸ਼ੇਰ ਵੀ ਤੇ ਬਘਿਆੜ ਵੀ ਤੇ ਸੱਪ ਵੀ ਬਣੀਆਂ, ਤੇ ਉਹ ਅਸੀਂ ਵਸਾਇਆ ਔਰ ਹੁਣ ਉਹ ਖਾਂਦੇ ਪੀਂਦੇ ਨੇ ਜੀ। ਤੇ ਚਲੋ ਅਸੀਂ ਕਰ ਲਿਆ, ਪਰ ਸਾਰਾ ਪੰਜਾਬ ਤੇ ਨੀ ਉੱਡ ਜਾ ਸਕਦਾ। ਹੁਣ ਇਹ ਕਹਿੰਦੇ ਸਾਰੇ ਹੀ ਬਲੈਰ ਚਲੇ ਜਾਈਏ, ਸਾਰੀ ਆਬਾਦੀ ਤੁਹਾਡੀ ਨਹੀਂ ਜਾ ਸਕਦੀ ਗੋਰਿਆਂ ਦੇ ਮੁਲਕਾਂ ਚ, ਐਵੇਂ ਨਾ ਗਲਤ ਫਹਿਮੀ ਚ ਰਹੋ, 1 ਏਕੜ ਵੇਚ ਕੇ ਚਲੇ ਜਾਣਗੇ। ਤੇ ਮੈਨੂੰ ਇਹ ਖਿਆਲ ਆਉਂਦਾ, ਇਹਦਾ ਸੋਲੂਸ਼ਨ ਮੇਰੀ ਹਿਸਾਬ ਚ ਤੇ ਬੜਾ ਸਿੰਪਲ ਜਿਹਾ ਹੈਗਾ। ਜਦੋਂ ਖਾੜਕੂ ਮੁੰਡੇ ਤੁਰੇ ਫਿਰਦੇ ਸੀ ਪਿੰਡਰਾਂ ਵਾਲੇ ਦੇ ਬਾਅਦ, ਤੇ ਗੋਲੀ ਅੱਗੇ ਪਿੱਛੇ ਚੱਲਦੀ ਸੀ, ਤੇ ਇੱਕ ਵਾਰ ਇੱਕ ਕਿੱਸਾ ਹੋਇਆ ਜਿਹੜਾ ਤੈਨੂੰ ਵੀ ਭਾਊ ਯਾਦ ਹੋਣਾ, ਪਤਾ ਹੋਣਾ। ਦੱਸਿਓ ਕਿ ਉਹ ਇੱਕ ਪਿੰਡ ਦੇ ਵਿੱਚ ਵਿਆਹ ਹੋ ਰਿਹਾ ਸੀ, ਖੂਬ ਕੁੱਕੜ ਕਾਕੜ ਜੇ ਰਿੰਨ ਰਹੇ ਸੀ, ਤੇ ਜੰਜ ਵੀ ਰੱਜ ਕੇ ਆਈ ਸੀ, ਤੇ ਸਾਰਾ ਭਾਰ ਕੁੜੀ ਦੇ ਪਿਓ ਤੇ ਸੀ। ਤਾਹੀਓ ਤੇ ਕੁੜੀਆਂ ਨੂੰ ਗਲ ਘੁੱਟਦੇ ਸੀ, ਅੱਜ ਵੀ ਘੁੱਟਦੇ ਨੇ ਪੰਜਾਬ ਚ ਥੋੜਾ ਬਹੁਤ, ਮੈਨੂੰ ਪਤਾ ਹੈ, ਹਾਂਜੀ। ਤੇ ਉਹ ਮੁੰਡੇ ਆਏ 2-4, ਉਹਨਾਂ ਨੇ ਸਾਰੇ ਉਹ ਮੁਰਗੇ ਛੱਪੜ ਚ ਸੁੱਟਤੇ, ਤੇ ਉਹਨਾਂ ਨੂੰ ਕਿਹਾ ਭੱਜੋ ਇੱਥੋਂ ਜੰਜ ਵਾਲੇ। ਤੇ ਉਹਨਾਂ ਨੇ ਕਿਹਾ ਕਿ ਅੱਜ ਤੋਂ 11 ਬੰਦੇ ਜਾਣਗੇ ਤੇ ਸਵੇਰੇ ਜਾ ਕੇ ਫਟਾਫਟ ਕੁੜੀ ਵਿਆਹ ਕੇ ਆ ਜਾਣਗੇ, ਨਹੀਂ ਤੇ ਅਸੀਂ ਤੁਹਾਨੂੰ ਸੋਧਾਂਗੇ। ਬਿਲਕੁਲ ਠੀਕ ਹੈ, ਇਹ ਚੱਲਿਆ ਸੀ। ਗੋਲੀ ਚੱਲ ਰਹੀ ਸੀ ਦੂਜੇ ਗਿੱਲ ਦੀ, ਤੇ ਅਖੀਰ ਚ ਸਭ ਦਬ ਦੁਬ ਗਏ, ਮਾਰੇ ਮੂਰੇ ਗਏ। ਚਲੋ ਠੀਕ ਹੈ, ਜੋ ਹੋਇਆ ਸੋ ਹੋਇਆ। ਪਰ ਮੈਂ ਸੋਚਦਾ ਹੈ ਅੱਜ ਇੱਕ ਐਕਟਿੰਗ ਜਥੇਦਾਰ ਅਕਾਲ ਤਖ਼ਤ ਦਾ ਬਣਾਇਆ ਨੌਜਵਾਨ, ਹਾਂਜੀ ਨੌਜਵਾਨ ਹੈ ਉਹ, ਤੇ ਦੂਜੇ ਵੀ ਨੇ ਸਾਰੇ ਐਕਟਿੰਗ, ਤੁਹਾਨੂੰ ਪਤਾ ਉਹ ਕਿੱਥੋਂ ਬਣਦੇ ਨੇ, ਤੇ ਹੁਕਮ ਨਾਲ ਹੀ ਬਣਦੇ ਨੇ ਜੀ, ਕੋਈ ਸਾਧ ਸੰਗਤ ਤੇ ਬਣਾਉਂਦੀ ਨੀ। ਬਿਲਕੁਲ, ਪਰ ਜੋ ਵੀ ਹੈ, ਜੇ ਉਹ ਪੜ੍ਹਿਆ ਲਿਖਿਆ ਹੈ ਤੇ ਉਹ ਇੱਕ ਆਰਡਰ ਕੱਢ ਦੇਣ ਪੰਜੇ ਬੈਠ ਕੇ ਕਿ ਬਈ ਅੱਜ ਤੋਂ ਅਸੀਂ ਕਹਿੰਦੇ ਹਾਂ, ਇੱਕ ਪਹਿਲੋਂ ਲੋਕੀ ਗ੍ਰੰਥ ਸਾਹਿਬ ਘਰ ਖੜ ਕੇ ਫੇਰੇ ਦਿੰਦੇ ਸੀ ਜੀ, ਉਹ ਕੁਛ ਸਾਲ ਹੋ ਗਏ ਉਹ ਬੰਦ ਹੋ ਗਿਆ ਕੁਛ ਕਿਸਮਤੀ, ਤੇ ਹੁਣ ਗੁਰਦੁਆਰੇ ਜਾਣਾ ਪੈਂਦਾ ਫੇਰੇ ਲੈਣ ਜੀ। ਠੀਕ ਹੈ ਨਾ ਗੱਲ ਮੇਰੀ, ਜਾਣਾ ਪੈਂਦਾ ਜੀ। ਹੁਣ ਬਿਲਕੁਲ ਕਿਸੇ ਪੈਲਸ ਵਿੱਚ ਕਿਸੇ ਹੋਰ ਜਗ੍ਹਾ ਨੀ, ਸਿਰਫ ਗੁਰੂ ਘਰ ਦੇ ਵਿੱਚ ਜਾਣਾ ਪੈਂਦਾ। ਚੰਗੀ ਰਵਾਇਤ ਹੈ, ਮਹਾਰਾਜ ਨੂੰ ਛੁੱਕੀ ਫਿਰੋ ਤੇ ਉਹ ਕਰੋ, ਉਹ ਬੰਦ ਹੋ ਗਿਆ। ਅੱਛਾ, ਉਹ ਚੰਗੀ ਚੀਜ਼ ਹੋਈ। ਹੁਣ ਮੈਂ ਉਹਨਾਂ ਨੂੰ ਕਹਿੰਦਾ ਜਿਹੜੀ ਅਸਲੀ ਚੀਜ਼ ਕਰਨ ਵਾਲੀ ਆ ਉਹ ਤੇ ਇਹ ਕਰਨ ਕਿ ਬਈ ਪੰਜਾਬ ਦੇ ਵਿੱਚ ਬੇਅੰਤ ਸੜਕਾਂ ਨੇ, ਡਿਫੈਂਸ ਕਰਕੇ ਹੋਰ ਵਜ੍ਹਾ ਕਰਕੇ ਬੇਅੰਤ ਨੇ। ਮੈਂ ਵੀ ਉਹ ਪਿੰਡਾਂ ਦੀਆਂ ਸੜਕਾਂ ਬਣਾਈਆਂ ਸੀ 30,000 ਕਿਲੋਮੀਟਰ, ਹਰ ਪਿੰਡ ਨੂੰ 2-2, 3-3 ਸੜਕਾਂ ਨੇ ਮੰਡੀ ਬੋਰਡ ਵੱਲੋਂ। ਤੇ ਮੈਂ ਕਹਿੰਦਾ ਕਿ ਜੇ ਕੱਲ ਨੂੰ ਇਹ 5 ਜਥੇਦਾਰ ਬੈਠ ਕੇ, ਕਿਉਂਕਿ ਪ੍ਰੋਬਲਮ ਇਹ ਸਿੱਖਾਂ ਦੀ ਹੈ, ਜੱਟਾਂ ਦੀ ਹੈ, ਪੇਂਡੂਆਂ ਦੀ ਹੈ ਜੀ, ਕਿਉਂਕਿ ਅਸੀਂ ਨਕਲ ਕਰਨ ਡੇ ਪਏ ਲੁਧਿਆਣੇ ਵਾਲਿਆਂ ਦੀ, ਜਲੰਧਰ ਵਾਲਿਆਂ ਦੀ, ਉਹਨਾਂ ਦੇ ਬਿਜ਼ਨਸ ਤੇ ਚੱਲਦੇ ਨੇ ਉਹ, ਤੇ ਹੰਡਰਡਸ ਆਫ ਕਰੋੜਸ ਉਹਨਾਂ ਕੋਲ ਆਉਂਦੇ, ਉਹ ਬੋਰੀਆਂ 'ਚ ਖਰਚਾ ਕਰ ਦਿੰਦੇ ਆ। ਬਿਲਕੁਲ, ਮਰਸਡੀਜ਼ ਦੀ 1-4 ਦੇ ਦਿੰਦੇ ਆ। ਤੁਸੀਂ ਕਿਸ ਤਰ੍ਹਾਂ ਮੁਕਾਬਲਾ ਕਰੋਗੇ? ਪਰ ਆਪਾਂ ਕਰਦੇ ਆ, ਆਪਾਂ ਕੁੜੀ ਨੂੰ ਵਧੋ ਵਧੀ ਔਖੇ ਹੋ ਕੇ ਵੀ 1 ਏਕੜ ਵੇਚ ਕੇ ਗੱਡੀ ਦਿੰਦੇ ਆ, ਫੇਰ ਮੁੰਡਾ ਕੁੱਟਣ ਡਿਆ ਪੈਂਦਾ ਤੇ ਕਹਿੰਦਾ ਵੱਡੀ ਗੱਡੀ ਲਿਆ। ਤੁਹਾਨੂੰ ਪਤਾ ਹੈ ਸਾਰਾ ਕੁਛ, ਮੈਂ ਜ਼ਿਆਦਾ ਨਹੀਂ ਕਹਿਣਾ। ਬਿਲਕੁਲ, ਤੇ ਮੈਂ ਕਹਿੰਦਾ ਇਹਦਾ ਸਿੰਪਲ ਸੋਲੂਸ਼ਨ ਹੈ, ਕੱਲ ਨੂੰ ਇਹ ਬੈਠ ਕੇ ਜਥੇਦਾਰ ਪਾਸ ਕਰ ਦੇਣ ਕਿ ਅੱਜ ਤੋਂ ਬਾਅਦ ਜਿੱਥੇ ਵੀ 21 ਆਦਮੀ ਤੋਂ ਵੱਧ ਜੰਜ ਆਏਗੀ ਉਹ ਜੰਜ ਮੰਨੀ ਨਹੀਂ ਜਾਏਗੀ। ਨੰਬਰ 2, ਕਿ ਉਹ ਜੰਜ ਸੜਕਾਂ ਹੈਗੀਆਂ, ਬੱਸਾਂ ਹੈਗੀਆਂ, ਕਾਰਾਂ ਹੈਗੀਆਂ, ਸਵੇਰੇ ਘਰੋਂ ਤੁਰੇਗੀ ਮੁੰਡੇ ਦਿਓ, ਉਹਨੂੰ ਬੰਨ ਕੇ 4 ਸਿਹਰੇ ਤੇ ਜਾਣਗੇ, ਤੇ 10 ਵਜੇ ਜਾ ਕੇ ਬ੍ਰੈਕਫਾਸਟ ਮਾੜਾ ਮੋਟਾ ਖਾ ਕੇ, ਤੇ ਉਹਦੇ ਬਾਅਦ ਬੈਠ ਕੇ ਫੇਰੇ ਲੈਣਗੇ, ਤੇ ਘੰਟਾ ਹੋਰ ਬੈਠਣ ਬੁਠਣਗੇ, ਤੇ 2 ਵਜੇ ਰੋਟੀ ਖਾ ਕੇ ਤੇ ਬੱਸ ਚ ਵਾਪਸ ਆ ਜਾਣਗੇ ਕੁੜੀ ਲੈ ਕੇ।
और बाकी आयर गैर जेडे तुहाडे खर्चे नहीं होणगे। जे तुसी कोई भी इहदे उल्ट कीता ते असीं तुहाडी असीं गए ग्रंथियां नूं कह देणा कि किते अरदास नहीं करनी ब्याह दी। मैनूं इह दस्सो जे इह कर देण ते कुछ फर्क नहीं पएगा। नहीं मैनूं इह दस्सो वी तुसीं आपा विरोधी गल करती, मैं पहली वारी तुहानूं टोकिया, ਤੁਸੀਂ ਪਹਿਲਾਂ ਕਿਹਾ ਵੀ ਹੁਣ ਸਾਧ ਸੰਗਤ ਤੇ ਬਣਾਉਂਦੀ ਨੀ, ਜਿੱਥੋਂ ਬਣਦੇ ਆ ਉਹ ਪਤਾ ਹੈ, ਇਹ ਗੱਲ ਤੁਸੀਂ ਕਹਿਤੀ। ਦੂਜੇ ਬੰਨੇ ਤੁਸੀਂ ਕਹਿੰਦੇ ਹੋ ਫੈਸਲਾ ਕਰ ਦੇਣ, ਹੁਣ ਫੈਸਲਾ ਕਰ ਦੇਣ ਸਟਰਕਚਰ ਤੇ ਦੇਖੋ। ਨਹੀਂ ਸਟਰਕਚਰ ਜਿਹੜਾ ਹੈ ਸਟਰਕਚਰ ਚ ਜੋ ਬਣਿਆ ਉਹਨੂੰ ਕੌਣ ਹਟਾ ਦੇਵੇ ਅੱਜ ਰਾਤੋਂ ਰਾਤ, ਦੈਟਸ ਅ ਲਾਰਜਰ ਇਸ਼ੂ। ਸੋ ਜਿਹੜੇ ਨਹੀਂ ਹੁਣ ਹੁਣ ਸਰ ਤੁਸੀਂ ਜਿਹੜਾ ਸੁਝਾਅ ਦਿੱਤਾ ਹੈ ਇੰਨਾ ਖੂਬਸੂਰਤ ਆ ਕਿ ਜੇਕਰ ਇਹ ਜੰਜ ਨਿਰਧਾਰਿਤ ਕਰ ਦੇਣ ਇਹ ਕੌਮ ਦੇ ਵੱਡੇ ਹਿੱਤਾਂ ਦੇ ਵਿੱਚ ਕਿ ਅਸੀਂ ਗੁਰੂ ਘਰ ਦੇ ਵਿੱਚ ਫੇਰੇ ਉਹਨੂੰ ਹੀ ਪ੍ਰਵਾਨ ਕਰਾਵਾਂਗੇ ਜਿਹੜਾ ਇੰਨੀ ਬਰਾਤ ਲੈ ਕੇ ਆਊ ਤੇ ਖਰਚਾ ਨਹੀਂ ਕਰੂਗਾ, ਲੋਕਾਂ ਤੋਂ ਬੋਝ ਘੱਟ ਜਾਊਗਾ। ਸੱਚੀ ਗੱਲ ਆ। ਨਹੀਂ ਉਹ ਗਿਆਨੀ ਨੂੰ ਹੁਕਮ ਹੋਏਗਾ ਤੂੰ ਅਰਦਾਸ ਨਹੀਂ ਕਰਨੀ ਵਿਆਹ ਦੀ, ਜੇ ਉਹ 21 ਦੇ 22 ਗਏ ਨੇ ਜਾਂ ਉਹ ਕੁਛ ਹੋਰ ਕਰੀ ਬੈਠੇ ਨੇ, ਦਾਰੂ ਲੈ ਕੇ ਗਏ ਨੇ, ਯੇ ਕਰਦੇ ਵੋ ਕਰਦੇ, ਬਸ ਆਹ ਹੋਏਗਾ ਜੋ ਅੰਗਰੇਜ਼ਾਂ ਦੇ ਹੁੰਦਾ। ਅੰਗਰੇਜ਼ਾਂ ਦੇ ਵਿਆਹ ਤੁਹਾਨੂੰ ਪਤਾ ਕਿਸ ਤਰ੍ਹਾਂ ਗੋਰਿਆਂ ਦੇ, ਦੱਸ ਹੀ ਦਿਓ, ਸਾਰੇ ਗੋਰਿਆਂ ਦੇ ਉਹ ਗਿਰਜੇ ਜਾਈਦਾ, ਤੁਸੀਂ ਆ ਗਏ ਕੁੜੀ ਵਾਲੇ, ਅਸੀਂ ਆ ਗਏ ਮੁੰਡੇ ਵਾਲੇ, ਉੱਥੇ 10 ਵਜੇ ਟਾਈਮ ਦਿੱਤਾ, ਉੱਥੇ ਉਹ ਪਾਦਰੀ ਉਹਨਾਂ ਦੀਆਂ ਲਾਵਾਂ ਪੜ੍ਹ ਦਿੰਦਾ ਜੋ ਉਹਨਾਂ ਦਾ ਸਟਾਈਲ ਹੈ। ਉਹਦੇ ਬਾਅਦ ਇੱਕ ਜਗ੍ਹਾ ਜਾ ਕੇ ਬ੍ਰੇਕਫਾਸਟ ਚਾਹ ਪੀਂਦੇ ਨੇ, ਉਹਦਾ ਖਰਚਾ ਅੱਧਾ ਕੁੜੀ ਦਾ ਤੇ ਅੱਧਾ ਮੁੰਡੇ ਦਾ। ਗੁਰਬਤ ਵਿੱਚੋਂ ਗੁਰਬਤ ਖਤਮ ਹੋ ਜਾਂਦੀ ਹੈ, ਕੁੜੀ ਦੇ ਗਲ ਘੁੱਟਣੇ ਬੰਦ ਹੋ ਜਾਣਗੇ ਔਰ ਕੁੜੀ ਬੋਝ ਨਹੀਂ ਹੋਏਗੀ। ਅੱਜ ਮੈਨੂੰ ਪਤਾ ਮੇਰੇ ਪਿੰਡ ਵਿੱਚ ਮੈਂ ਪੜ੍ਹਿਆ ਸੀ, ਮੇਰਾ ਪਿਓ ਮੈਟ੍ਰਿਕ ਸੀ ਤੇ ਕਮਾਲ ਹੋ ਗਈ, 12 ਕੀਤੀਆਂ ਸੀ, ਬਾਅਦ ਵਿੱਚ ਮੈਂ ਜੋ ਬਣਿਆ ਕਮਾਲ ਕਮਾਲ ਹੋ ਗਈ। ਪਰ ਹੁਣ ਮੈਨੂੰ ਪਤਾ ਉਹ ਮੇਰਾ ਹਰਦੇਵ ਹੈਗਾ ਮੁੰਡਾ ਸਾਕਾ ਮੇਰਾ, ਤੇ ਉਹਦੀਆਂ 2 ਕੁੜੀਆਂ PhD ਨੇ ਸਾਇੰਸ ਵਿੱਚ, ਬੋਟਨੀ ਵਗੈਰਾ ਚ, ਗੁਰੂ ਨਾਨਕ ਯੂਨੀਵਰਸਿਟੀ ਚੋਂ। ਔਰ ਮੈਂ ਉਹਨੂੰ ਕਿਹਾ ਯਾਰ ਇਹ ਵਿਆਹ ਇੱਥੇ ਕਿੱਥੇ ਕਰਾਂਗੇ ਜਿਹੋ ਜਿਹੇ ਜਿਹੜੇ ਇੱਥੇ ਹੁੰਦੇ ਨੇ, ਇਹਨਾਂ ਨੂੰ ਉੱਥੇ ਕੈਨੇਡਾ ਭੇਜਦੇ, ਕੈਨੇਡਾ ਵਿਆਹੀਆਂ ਜਾਣਗੀਆਂ, ਉੱਥੇ ਇਹਨਾਂ ਨੂੰ ਇਕਦਮ ਪ੍ਰੋਫੈਸਰ ਵੀ ਲਾ ਦੇਣਗੇ, ਉਹਨਾਂ ਕੋਲ ਹੈ ਨੀ ਗੇ। ਅੱਛਾ ਉਹ ਨਾ ਕਰਤੀ, ਜਿੰਨੀ ਕਾਬਲ ਹੋ ਜੇ ਓਨਾ ਹੀ ਲੈਵਲ ਤੇ ਆਉਣ ਲਈ ਓਨੇ ਹੀ ਵੱਡੇ ਘਰ ਜਿਹੜੇ ਆ ਜਾਂ ਇਸ ਤਰ੍ਹਾਂ ਦਾ ਸਿਸਟਮ ਬੜਾ ਹੀ ਖਰਾਬ ਹੋ ਗਿਆ। ਮੈਂ ਇੱਕ ਆਖਰੀ ਗੱਲ ਕਰਨੀ ਹੈ ਤੁਹਾਡੇ ਨਾਲ ਕਿ ਸੱਚਮੁੱਚ ਮੈਂ ਦੋਸਤੋ ਤੁਹਾਨੂੰ ਵੀ ਇਹ ਯਾਦ ਕਰਾ ਦਿਆਂ ਕਿ ਜਦੋਂ ਕਿਸਾਨੀ ਮੂਵਮੈਂਟ ਸਿਖਰ ਤੇ ਸੀ ਤੁਸੀਂ ਮੈਨੂੰ ਅਕਸਰ ਕਹਿੰਦੇ ਹੁੰਦੇ ਸੀ ਗਿੱਲ ਸਾਹਿਬ ਕਿਉਂ ਨਹੀਂ ਆ ਰਹੇ। ਗਿੱਲ ਸਾਹਿਬ ਮੇਰੇ ਨਾਲ ਲਗਾਤਾਰ ਸੰਪਰਕ ਚ ਸੀਗੇ ਔਰ ਇਹ ਭਾਵੁਕਤਾ ਦੀ ਹੱਦ ਤੱਕ ਆਪਣੀ ਮਿੱਟੀ ਨੂੰ ਮੋਹ ਕਰਦੇ ਤੇ ਆਪਣੇ ਲੋਕਾਂ ਨੂੰ ਕਰਦੇ ਆ। ਇਹਨਾਂ ਨੇ ਬੜੇ ਮੋਹ ਨਾਲ ਬੜੀ ਵਾਰੀ ਇਹ ਗੱਲ ਕਹੀ ਸੀ ਕਿ ਮੇਰਾ ਜੀ ਕਰਦਾ ਹੈ ਮੈਂ ਬੋਲਾਂ, ਲੇਕਿਨ ਮੈਨੂੰ ਇੰਜ ਲੱਗਦਾ ਹੈ ਕਿ ਅਸੀਂ ਬੋਲਦੇ ਚੰਗੇ ਨਹੀਂ ਲੱਗਦੇ, ਜਾਂ ਤਾਂ ਅਸੀਂ ਮੋਢਾ ਡਾ ਕੇ ਖਲੋਈਏ, ਨਹੀਂ ਤੇ ਦਿਖਾਵਾ ਕਰਦੇ ਚੰਗੇ ਨਹੀਂ ਲੱਗਦੇ। ਬੜੇ ਵਿਦਵਾਨ ਬੋਲਦੇ ਆ, ਮੇਰਾ ਸਮਰਥਨ ਮੇਰੇ ਲੋਕਾਂ ਨੂੰ ਪਤਾ ਉਹਨਾਂ ਦੇ ਨਾਲ ਆ, ਤੇ ਜਾਂਦੇ ਹੋਏ ਇਸ ਮਾਮਲੇ ਚ ਕੋਈ ਗੱਲ ਕਹਿਣੀ ਆ ਤਾਂ ਜ਼ਰੂਰ ਪਹਿਲਾਂ ਤੁਸੀਂ ਕਹਿ ਦਿੱਤਾ ਕਿ ਸਾਨੂੰ ਘਰ ਸਵਾਰਨਾ ਪੈਣਾ। ਹਾਂਜੀ ਜੀ ਜੀ ਗਿੱਲ ਸਾਹਿਬ, ਹਾਂ ਨਹੀਂ ਮੈਨੂੰ ਕੀ ਕਿਹਾ ਤੁਸੀਂ ਅਖੀਰ ਵਿੱਚ? ਮੈਂ ਇਹ ਕਿਹਾ ਕਿ ਜਾਂਦੇ ਹੋਏ ਤੁਸੀਂ ਕੁਛ ਇਸ ਮਾਮਲੇ ਚ ਕਹਿਣਾ, ਹਾਲਾਂਕਿ ਤੁਸੀਂ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਖਰਚੇ ਘਟਾ ਲਓ ਜੇ ਬਚਣਾ, ਜੇ ਸਾਨੂੰ ਸਰਕਾਰਾਂ ਨਾਲ ਲੜ ਕੇ ਨੀ ਆਪਣੇ ਨਾਲ ਲੜਨਾ ਪੈਣਾ। ਮੈਂ ਤੇ ਸਾਰਾ ਕੁਝ ਨਿਚੋੜ ਮੇਰੇ ਦਿਮਾਗ 'ਚ ਹੋਏਗਾ ਉੱਥੇ ਰੱਖ ਦਿੱਤਾ ਹੈ ਕਿ ਤੁਸੀਂ SGPC ਵੀ ਜਿਹੜੇ 370 ਆਦਮੀ ਬੈਠੇ ਹੋਏ ਨੇ, ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਹ ਸਾਡੀ ਪਾਰਲੀਮੈਂਟ ਹੈ ਸਿੱਖਾਂ ਦੀ, ਇੱਕ ਕਿਸਮ ਦੀ ਬਜਟ ਪਾਸ ਕਰਦੀ ਹੈ ਤੇ ਉਹ ਸਵੇਰੇ ਆਉਂਦੇ ਨੇ 2 ਮਿੰਟਾਂ ਦੇ ਵਿੱਚ ਬਜਟ ਦਾ ਜਕਾਰਾ ਬੋਲ ਕੇ ਚਲੇ ਜਾਂਦੇ, ਇਹ ਤੇ ਅਨਪੜ੍ਹ ਵੀ ਨਹੀਂ ਕਰਦੇ ਤੇ ਕੀ ਹੋਇਆ ਇਹਨਾਂ ਨੂੰ, ਔਰ ਕੋਈ ਨੀ ਇਹਨਾਂ ਨੂੰ ਪੁੱਛਣ ਵਾਲਾ ਕਿ ਬਈ ਤੁਸੀਂ ਕੀ ਕਰਦੇ ਜੇ SGPC ਚਾਹੇ ਕੁਛ ਵੀ ਹੈ ਸੰਸਥਾ ਤੇ ਹੈ ਨਾ ਇਸ ਵੇਲੇ, ਜੇ ਉਹ ਪਾਸ ਕਰ ਦੇਵੇ ਤੇ ਇਹ ਕਰ ਦੇਣ, ਇਹ 5 ਹੀ ਕਰ ਦੇਣ, ਇਹ ਕਰ ਦੇਣ ਕਿ ਸਾਨੂੰ ਡਿਸਮਿਸ ਕਰਨਾ ਕਰ ਲਓ ਪਰ ਅਸੀਂ ਆਹ ਪਾਸ ਕਰਨ ਲੱਗੇ ਹਾਂ ਤੇ ਉਹਨੂੰ ਮੋੜਨਾ ਮੁਸ਼ਕਲ ਹੋ ਜਾਏਗਾ ਜੀ, ਲੋਕੀ ਨਾਲ ਲੱਗ ਜਾਣਗੇ ਇਸ ਖਿਆਲ ਦੇ ਜੋ ਮੈਂ ਰੌਲਾ ਪਾ ਰਿਹਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਔਰ ਆ ਜਿਹੜਾ ਜਿਹੜੇ ਆ ਬਾਰਡਰ ਤੇ ਵੀ ਬੈਠੇ ਨੇ ਇਹਨਾਂ ਦਾ ਅਖੀਰ ਚ ਹੱਲ ਕੀ ਹੋਣਾ, ਵਾਪਸ ਜਾ ਕੇ 2 ਏਕੜੀ ਹੋਣੀ ਜਾਂ 1 ਹੀ ਹੋਣਾ ਤੇ ਉਹ ਰੋਟੀ ਕਿੱਥੋਂ ਚੱਲਣੀ ਹੈ? ਆ ਗਰਾਊਂਡ ਰਿਐਲਿਟੀ ਤਾਂ ਇਹੀ ਹੈ ਕਿ ਫੇਸ ਤਾਂ ਕਰਨਾ ਹੀ ਪੈਣਾ, ਘਰੋਂ ਹੀ ਸਾਨੂੰ ਕਰਨਾ।
ਔਰ ਇਹ ਸਾਰਾ ਇਹਦੀ ਰੂਟਸ ਹੈ ਕੁੜੀ ਦਾ ਬੋਝ ਔਰ ਨਕਲ ਸ਼ਹਿਰਾਂ ਦੀ ਲੁਧਿਆਣੇ ਦੀ ਨਕਲ ਵਿਆਹ ਦੇ ਵਿੱਚ ਹੱਦੋ ਕੀ ਸਿੱਖ ਆਪਣਾ ਨੀ ਸੋਚ ਸਕਦੇ ਕਾਹਦੀ ਕਾਹਦੀ ਕੌਮ ਰਹਿ ਗਈ ਹੈ ਜਿਹੜੀ ਜਿਹੜੀ ਲੰਗਰ ਲਾ ਕੇ ਦਿਖਾਵਾ ਬਹੁਤਾ ਸ਼ੁਰੂ ਕਰ ਲਿਆ ਵਾ ਹੁਣ ਆਕਸੀਜਨ ਦੇ ਲੰਗਰ ਸਾਡੇ ਆਪਣੇ ਤਾਂ ਮਰਦੇ ਆ ਸਾਡੇ ਆਪਣੇ ਮਰੀ ਜਾਂਦੇ ਆ ਲੋੜ ਥੋੜ ਤੋਂ ਅਸੀਂ ਦੂਜਿਆਂ ਦਾ ਘਰ ਭਰਨ ਤੁਰ ਜਾਂਦੇ ਜਿਹੜਾ ਕੰਮ ਸਰਕਾਰਾਂ ਦਾ ਅਸੀਂ ਮੋਢਿਆਂ ਤੇ ਚੁੱਕ ਲੈਂਦੇ ਤੇ ਅਸੀਂ ਘੜੀ ਮੁੜੀ ਸੁਰਖੀਆਂ ਫੋਟੋਆਂ ਫੇਸਬੁੱਕ ਤੇ ਬਾਕੀ ਸੋਸ਼ਲ ਮੀਡੀਆ ਤੇ ਲਾਈ ਜਾਂਦੇ ਆ ਇਹ ਵੀ ਟ੍ਰੈਂਡ ਉਹਨੇ ਕੀ ਜਾਇਜ਼ ਆ ਉਹ ਬਹੁਤ ਲਾਈ ਜਾਂਦੇ ਆ ਜੀ ਪਰ ਤੁਸੀਂ ਆਪਣੇ ਘਰ ਕਰੋ ਜੇ ਇਹ ਸੋਸ਼ਲ ਰਿਫਾਰਮ ਪੰਜਾਬ ਵਿੱਚ ਹੋ ਜਾਵੇ ਇਹ ਪੰਜ ਜਥੇਦਾਰ ਪਾਸ ਕਰਕੇ ਕਹਿ ਦੇਣ ਤੇ ਫਿਰ ਕਹਿਣ ਵੀ ਅਸੀਂ ਕਹਿਤਾ ਜੀ ਜਿਸ ਤਰ੍ਹਾਂ ਇਹਨਾਂ ਅੱਛਾ ਇਸੇ ਕਰਕੇ ਹੀ ਕੋਈ ਨਾ ਕੋਈ ਇਹਨਾਂ ਦੇ ਵਿੱਚ ਫਿਰ ਦੁਖੀ ਹੁੰਦਾ ਹੈ ਤੁਹਾਨੂੰ ਪਤਾ ਪਿੱਛੇ ਜੇ ਜਥੇਦਾਰ ਵੀ ਤਾਂ ਦੋ ਗਰੁੱਪ ਬਣ ਗਏ ਸੀ ਨਾ ਹਾਂਜੀ ਖੇਤੀ ਦਾ ਹੱਲ ਵੀ ਕਰਦੇ ਹਾਂ ਤੇ ਆਹ ਹੋਏਗਾ ਵਿਆਹ ਤੇ ਇਸ ਤਰ੍ਹਾਂ ਹੋਏਗਾ ਅੰਗਰੇਜ਼ ਨਾਲੋਂ ਵੀ ਅੱਗੇ ਹੋਏਗਾ ਜੀ ਤੇ ਆਪੇ ਹੀ ਭਾਰ ਨੀ ਕੋਈ ਕੁੜੀ ਨੂੰ ਬੁਰਾ ਨੀ ਸਮਝੇਗਾ ਕੁੜੀਆਂ ਬਲਕਿ ਪੜ੍ਹ ਗਈਆਂ ਨੇ ਮੁੰਡੇ ਘੱਟ ਪੜ੍ਹੇ ਨੇ ਤੇ ਕੁੜੀਆਂ ਹੀ ਹੁਣ ਪਕਾਉਂਦੀਆਂ ਨੇ ਖਵਾਉਂਦੀਆਂ ਨੇ ਕਮਾਉਂਦੀਆਂ ਨੇ ਜੀ ਤੇ ਨਾਲੇ ਇਹਨਾਂ ਕੋਲੋਂ ਗਾਲਾਂ ਖਾਂਦੀਆਂ ਨੇ ਟੱਬਰ ਚੋਂ ਮੁੰਡਿਆਂ ਕੋਲੋਂ ਸਰਦਾਰ ਸਾਹਿਬ ਬੜਾ ਹੀ ਅੱਜ ਮੈਨੂੰ ਲੱਗਦਾ ਕਿ ਅਸੀਂ ਬੜੇ ਵਿਸ਼ਿਆਂ ਤੇ ਇਕੱਠੀ ਗੱਲ ਕਰ ਲਈ ਸ਼ਿਵ ਨੂੰ ਯਾਦ ਕਰਦਿਆਂ ਉਹਦੀ ਬਰਸੀ ਦੇ ਉੱਤੇ ਅਸੀਂ ਪੰਜਾਬ ਪੂਰਾ ਡਿਸਕਸ ਕਰ ਲਿਆ ਮੁੱਦੇ ਸਾਰੇ ਡਿਸਕਸ ਕਰ ਲਏ ਬਹੁਤ ਜਲਦੀ ਕਿਉਂਕਿ ਲੋਕਾਂ ਦੀ ਮੰਗ ਬਹੁਤ ਵੱਖ ਵੱਖ ਵਿਸ਼ਿਆਂ ਤੇ ਤੁਹਾਡੇ ਨਾਲ ਰਹਿੰਦੀ ਆ ਅਸੀਂ ਦੁਬਾਰਾ ਜਲਦ ਹਾਜ਼ਰ ਹੁੰਦੇ ਹਾਂ ਤੁਹਾਡੇ ਕੋਲੇ ਤੁਸੀਂ ਸਿਰ ਤੇ ਹੱਥ ਰੱਖਦੇ ਰਹੋ ਚਲੋ ਹੁਣ ਮੈਨੂੰ ਨਹੀਂ ਪਤਾ ਮੈਂ ਕੀ ਕਹਿ ਗਿਆ ਭੁੱਲ ਚੁੱਕ ਮਾਫ ਬਹੁਤ ਮਿਹਰਬਾਨੀ ਸਰ ਚੰਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ